ਜਸ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਮਿਸ਼ਨ 2019 ਦੇ ਲਈ ਪੰਜਾਬ ਵਿੱਚ ਚੋਣ ਪ੍ਰਚਾਰ ਇਹੋ ਜਿਹਾ ਪੱਕਿਆ ਹੋਇਆ ਕਿ ਰਾਤ ਦੇ ਵਿਚਾਲੇ ਵੀ ਇਹ ਚੋਣ ਪ੍ਰਚਾਰ ਚੱਲ ਰਿਹਾ ਜ਼ੋਰ ਬੁਰਾ ਲੱਗਿਆ ਹੋਇਆ ਸਾਰਿਆਂ ਦਾ ਇਸ ਜ਼ੋਰ ਦੇ ਵਿਚਾਲੇ ਖਡੂਰ ਸਾਹਿਬ ਜਿਹੜਾ ਲੋਕ ਸਭਾ ਹਲਕਾ ਹੈਗਾ ਉੱਥੇ ਵੀ ਪੂਰਾ ਜ਼ੋਰ ਲੱਗਿਆ ਹੋਇਆ ਅਤੇ ਇਸ ਜ਼ੋਰ ਵਾਲੇ ਹਲਕੇ ਦੇ ਵਿੱਚ ਪਰਮਜੀਤ ਕੌਰ ਖਾਲੜਾ ਉਹ ਸਾਡੇ ਨਾਲ ਮੌਜੂਦ ਹੈਗੇ ਇਸ ਵਕਤ ਖਾਲੜਾ ਜੀ ਬਹੁਤ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਜੀਤ ਕੌਰ ਖਾਲੜਾ ਦੀ ਲੜਾਈ ਕਿਸ ਦੇ ਨਾਲ ਮੇਰੀ ਲੜਾਈ ਹੱਕ ਸੱਚ ਇਨਸਾਫ ਦੇ ਲਈ ਹੈ ਅਤੇ ਜੋ ਦੋ ਰਵਾਇਤੀ ਪਾਰਟੀਆਂ ਉਹ ਵੀ ਆਪਣਾ ਜਿਹੜਾ ਦਾਅ ਲਾਉਣ ਦੀ ਕੋਸ਼ਿਸ਼ ਵਿੱਚ ਹੈ ਪਰ ਮੇਰੇ ਕੋਲ ਰਾਜਨੀਤੀ ਨਹੀਂ ਕੀਤੀ ਜਾ ਸਕਦੀ ਲਾਸ਼ਾਂ 'ਤੇ ਬੇਸ਼ੱਕ ਉਹ ਕਰਦੇ ਰਹੇ ਰਾਜਨੀਤੀ ਪਰ ਮੈਨੂੰ ਲੱਗਦਾ ਹੈ ਕਿ ਇਹ ਐਡਾ ਗੰਭੀਰ ਮੁੱਦਾ ਹੈ ਹਿਊਮਨ ਰਾਈਟਸ ਦਾ ਅਤੇ ਮੈਨੂੰ ਲੱਗਦਾ ਇਹਦੇ ਨਾਲ ਹੀ ਜਿਹੜੀ ਮੇਰੀ ਲੜਾਈ ਹੈ ਅਤੇ ਬਾਕੀ ਰਵਾਇਤੀ ਪਾਰਟੀਆਂ ਨੂੰ ਆਪਣੇ ਅਨੁਸਾਰ ਜਿਵੇਂ ਵੀ ਉਹਨਾਂ ਦੀ ਕੰਪੇਨ ਪਹਿਲਾਂ ਚੱਲਦੀ ਹੈ ਉਸੇ ਤਰੀਕੇ ਨਾਲ ਅੱਜ ਵੀ ਇੱਕ ਚਰਚਾ ਚੱਲਦੀ ਪਈ ਆ ਖਾਲੜਾ ਜੀ ਕਿ ਤੁਸੀਂ ਪਾਸ ਦੀ ਲੜਾਈ ਲੜਦੇ ਪਏ ਹੋ ਅਤੇ ਲੋਕ ਫਿਊਚਰ ਵੱਲ ਦੇਖਦੇ ਪਏ ਹੈਗੇ ਆ ਇਸ ਦਾ ਕੀ ਜਵਾਬ ਦੇਣਾ ਚਾਹੁੰਦੇ ਨਹੀਂ ਜੀ ਮੈਂ ਜਵਾਬ ਇਹ ਵਧੀਆ ਇਹ ਸਵਾਲ ਹੈ ਤੁਹਾਡਾ ਕਿ ਜੇ ਅਸੀਂ ਪਾਸਟ ਦੇਖਦੇ ਨਹੀਂ ਤਾਂ ਫਿਊਚਰ ਸਾਡਾ ਕੀ ਹੈ ਪਹਿਲਾਂ ਸਾਨੂੰ ਪਾਸਟ ਹੀ ਵੇਖਣਾ ਪੈਂਦਾ ਜਿਹੜਾ ਬੰਦਾ ਹਿਸਟਰੀ ਤੋਂ ਭਜਦਾ ਹੈ ਆਪਣੇ ਪਾਸਟ ਤੋਂ ਭਜਦਾ ਉਹ ਫਿਊਚਰ ਬਣਾ ਹੀ ਨਹੀਂ ਸਕਦਾ ਫਿਊਚਰ ਜਦੋਂ ਅਸੀਂ ਸਾਡੇ ਨਾਲ ਇੰਨੀਆਂ ਜਦਤੀਆਂ ਹੋਈਆਂ ਉਹਦਾ ਇਨਸਾਫ਼ ਨਹੀਂ ਸਾਨੂੰ ਮਿਲਿਆ ਅਤੇ ਅਸੀਂ ਕਿਵੇਂ ਪਾਸਟ ਨੂੰ ਭੁੱਲ ਜਾਂਦੇ ਜਾਂ ਸਾਨੂੰ ਇਨਸਾਫ਼ ਮਿਲ ਜਾਂਦਾ ਅਸੀਂ ਥੋੜ੍ਹਾ ਬਹੁਤਾ ਸੋਚਦੇ ਮਲਮ ਲੱਗਦੀ ਹੈ ਸਾਡੇ 'ਤੇ ਪਰ ਹੁਣ ਤਾਂ ਸਾਡੇ ਨਾਲ ਧੱਕੇ 'ਤੇ ਧੱਕਾ ਹੋ ਰਿਹਾ ਇਹ ਸਿਆਸੀ ਲੜਾਈ ਤੁਹਾਡੇ 'ਤੇ ਮੜੀ ਗਈ ਹੈ ਜਾਂ ਤੁਸੀਂ ਇਸ ਲੜਾਈ ਵਿੱਚ ਖੁਦ ਕੁੱਦੇ ਹੋ ਇਸ ਨਾ ਤਾਂ ਇਹ ਸਿਆਸੀ ਲੜਾਈ ਹੈ ਅਤੇ ਨਾ ਹੀ ਇਹ ਕੋਈ ਇਹੋ ਜਿਹੀ ਗੱਲ ਹੈ ਕਿ ਮੈਂ ਖੁਦ ਕੁੱਦਣ ਵਾਲੀ ਗੱਲ ਕੁੱਦਣ ਵਾਲੀ ਗੱਲ ਨਾ ਕਰੋ ਤੁਸੀਂ ਕਿਉਂਕਿ ਇਹ ਜਿਹੜਾ ਇਸ ਵੇਲੇ ਮਾਹੌਲ ਪੰਜਾਬ ਦੇ ਵਿੱਚ ਸੀ ਦੋ ਰਵਾਇਤੀ ਪਾਰਟੀਆਂ ਜਿਨ੍ਹਾਂ ਨੇ ਸਾਨੂੰ ਲਗਾਤਾਰ ਬੁੱਧੂ ਬਣਾਇਆ ਔਰ ਜਿਹੜਾ ਹਿਊਮਨ ਰਾਈਟਸ ਦਾ ਮੁੱਦਾ ਸੀ ਉਹਨੂੰ ਇਹਨਾਂ ਨੇ ਕਦੇ ਇਸ਼ੂ ਹੀ ਨਹੀਂ ਬਣਾਇਆ ਇਲੈਕਸ਼ਨਾਂ 'ਚ ਤਾਂ ਛੱਡੋ ਇਹਨਾਂ ਨੇ ਕਦੇ ਇਸ ਵੱਲ ਕਦੇ ਕੋਸ਼ਿਸ਼ ਹੀ ਨਹੀਂ ਕੀਤੀ ਵੀ ਇੰਨਾ ਕਤਲੇਆਮ ਹੋਇਆ ਇੰਨਾ ਕਾਂਡ ਹੋਇਆ ਉਹਨਾਂ ਅਫਸਰਾਂ ਨੂੰ ਸਜ਼ਾ ਦੇਣੀ ਚਾਹੀਦੀ ਸੀ ਉਹਨਾਂ ਪਰਿਵਾਰਾਂ ਦੀ ਨੂੰ ਕੰਪਨਸੇਟ ਕਰਨਾ ਚਾਹੀਦਾ ਸੀ ਪਰ ਕੁਝ ਵੀ ਨਹੀਂ ਹੋਇਆ ਅਤੇ ਅੱਜ 24 ਸਾਲਾਂ ਬਾਅਦ ਮੈਨੂੰ ਇਹ ਲੱਗਦਾ ਕਿ ਇਸ ਤੋਂ ਬਾਅਦ ਨਾ ਤਾਂ ਮੇਰੇ ਕੋਲ ਕਦੇ ਕੋਈ ਮੌਕਾ ਆਉਣਾ ਅਤੇ ਨਾ ਕੌਮ ਕੋਲ ਕਦੇ ਕੋਈ ਮੌਕਾ ਆਉਣਾ ਆਪਣਾ ਪੱਖ ਰੱਖਣ ਲਈ ਅਤੇ ਮੈਨੂੰ ਲੱਗਦਾ ਇੱਕ ਮੌਕਾ ਮੈਨੂੰ ਜਿਹੜਾ ਅਲਾਇੰਸ ਹੈ ਉਹਨਾਂ ਨੇ ਕਿਉਂਕਿ ਹੁਣ ਪੰਜਾਬ ਦੇ ਵਿੱਚ ਮੁੱਦਾ ਤਾਂ ਕੋਈ ਚੱਲ ਹੀ ਨਹੀਂ ਰਿਹਾ ਅਤੇ ਮੈਨੂੰ ਵੀ ਲੱਗਾ ਹੈ ਕਿ ਮੈਨੂੰ ਇਹ ਮੌਕਾ ਮਿਲ ਗਿਆ ਅਤੇ ਜਦੋਂ ਮੇਰੀ ਅਲਾਇੰਸ ਨਾਲ ਗੱਲ ਹੋਈ ਸੀ ਤਾਂ ਮੈਂ ਇੱਕੋ ਹੀ ਗੱਲ ਉਹਨਾਂ ਨੂੰ ਕਹੀ ਸੀ ਕਿ ਮੈਂ ਸਰਦਾਰ ਜਸਵੰਤ ਸਿੰਘ ਖਾਲੜਾ ਦੇ ਮਿਸ਼ਨ ਤੋਂ ਪਿੱਛੇ ਨਹੀਂ ਹਟ ਸਕਦਾ ਅਤੇ ਜੇ ਮੈਂ ਇਹ ਚੋਣ ਲੜਨ ਦੀ ਮੈਂ ਹਾਮੀ ਭਰੀ ਅਤੇ ਉਹ ਮੈਂ ਕਿਹਾ ਖਡੂਰ ਸਾਹਿਬ ਤੋਂ ਲੜ ਗਈ ਕਿਉਂਕਿ ਬਹੁਤਾ ਜਿਹੜਾ ਸਾਡਾ ਉਸ ਵੇਲੇ ਦਾ ਜਿਹੜਾ ਜ਼ੁਲਮ ਹੋਇਆ ਉਹ ਇਸ ਏਰੀਏ 'ਚ ਹੋਇਆ ਔਰ ਮੇਰਾ ਨਿੱਜੀ ਇਹ ਇਲਾਕਾ ਹੋ ਗਿਆ ਤੁਹਾਨੂੰ ਇਉਂ ਨਹੀਂ ਕਦੇ ਲੱਗਿਆ ਕਿ ਆਜ਼ਾਦ ਤੌਰ 'ਤੇ ਪਰਮਜੀਤ ਖਾਲੜਾ ਨੂੰ ਲੜਾਈ ਲੜਨੀ ਚਾਹੀਦੀ ਸੀਗੀ ਨਾ ਕਿ ਕਿਸੇ ਅਲਾਇੰਸ ਦੇ ਵਿੱਚ ਨਹੀਂ ਮੈਨੂੰ ਅਲਾਇੰਸ ਬਹੁਤ ਚੰਗਾ ਲੱਗਿਆ ਕਿਉਂਕਿ ਰਵਾਇਤੀ ਪਾਰਟੀਆਂ ਕੋਲ ਤਾਂ ਮੈਂ ਜਾਣਾ ਨਹੀਂ ਸੀ ਜਿਹੜੀ ਇਹ ਐਡੀ ਵੱਡੀ ਸੰਸਦੀ ਸੀਟ ਹੈ ਇਹਦੇ ਵਿੱਚ ਮੈਨੂੰ ਲੱਗਦਾ ਆਜ਼ਾਦ ਕੋਈ ਲੜ ਹੀ ਨਹੀਂ ਸਕਦਾ ਜਿਹਨਾਂ ਚਿਰ ਤੁਹਾਡੇ ਕੋਲ ਕੋਈ ਕੇਡਰ ਨਹੀਂ ਕੋਈ ਲੀਡਰ ਨਹੀਂ ਤੁਸੀਂ ਕਿਵੇਂ ਐਡੀ ਵੱਡੀ ਲੜਾਈ ਦੇਣੀ ਮੈਨੂੰ ਕੋਈ ਇਤਰਾਜ਼ ਨਹੀਂ ਹੈ ਕਿ ਮੈਂ ਅਲਾਇੰਸ ਵੱਲੋਂ ਲੜ ਰਹੀ ਮੈਂ ਠੀਕ ਮੈਨੂੰ ਲੱਗਦਾ ਇਹ ਇੱਕ ਮੌਕੇ 'ਤੇ ਲੈਣ ਵਾਲਾ ਸਹੀ ਕਰ ਜਿਹੜਾ ਅਲਾਇੰਸ ਹੈਗਾ ਉਹਦੇ ਵਿੱਚ ਵੱਖ ਵੱਖ ਪਾਰਟੀਆਂ ਹੈਗੀਆਂ ਉਹ ਵੱਖ ਵੱਖ ਪਾਰਟੀਆਂ ਦੀ ਵਿਚਾਰਧਾਰਾ ਹੈਗੀ ਹੈ ਵੱਖ ਵੱਖ ਵਿਚਾਰਧਾਰਾ ਪਰਮਜੀਤ ਕੌਰ ਖਾਲੜਾ ਦੀ ਵਿਚਾਰਧਾਰਾ ਉਹਨਾਂ ਸਾਰੀਆਂ ਪਾਰਟੀਆਂ ਨਾਲ ਮੇਲ ਖਾਂਦੀ ਯੈਸ ਖਾਂਦੀ ਹੈ ਕਿਉਂਕਿ ਉਹਨਾਂ ਲੋਕਾਂ 'ਤੇ ਵੀ ਜਦੋਂ ਉਹਨਾਂ ਨੇ ਇਹ ਸਾਰਾ ਜ਼ੁਲਮ ਹੋਇਆ ਜੋ ਹੋਇਆ ਉਦੋਂ ਤਾਂ ਕੋਈ ਕਾਂਗਰਸੀ ਕੋਈ ਅਕਾਲੀ ਕੋਈ ਕਮਿਊਨਿਸਟ ਕੋਈ ਚੀਜ਼ ਨਹੀਂ ਸੀ ਵੇਖੀ ਗਈ ਉਹਨਾਂ ਨੇ ਤਾਂ ਆਪਣੀਆਂ ਫੀਤੇ ਲਵਾਉਣੇ ਸੀ ਔਰ ਆਪਣੀਆਂ ਤਰੱਕੀ ਲੈਣੀਆਂ ਸੀ ਔਰ ਇਨਾਮ ਲੈਣੇ ਸੀ ਇਸ ਕਰਕੇ ਸਾਰਾ ਕਤਲੇਆਮ ਹੋਇਆ ਮੈਂ ਤਾਂ ਸਾਰਾ ਕੰਮ ਸੋਚਦੀ ਹਾਂ ਕਿ ਮਨੁੱਖਤਾ ਲਈ ਹੋ ਰਿਹਾ ਹੈ ਮਨੁੱਖਤਾ ਦਾ ਹੀ ਧਾਨ ਹੋਇਆ ਸੀ ਔਰ ਮਨੁੱਖਤਾ ਦਾ ਪੱਖ ਹੀ ਰੱਖਣਾ ਕਿ ਤੁਸੀਂ ਜਿਹੜਾ ਹਿਊਮਨ ਰਾਈਟਸ ਹੈ ਬਾਊਂਡ ਨਹੀਂ ਕਰ ਸਕਦੇ ਥੋੜ੍ਹੇ ਟਾਈਮ ਪੀਰੀਅਡ ਦੇ ਵਿੱਚ ਅਤੇ ਅੱਜ ਜੋ ਸਾਡੇ ਪੰਜਾਬ ਦੇ ਵਿੱਚ ਜਵਾਨੀ ਕਿਸਾਨੀ ਔਰ ਨਸ਼ਿਆਂ ਦਾ ਮੁੱਦਾ ਹੈ ਜਿਹੜਾ ਬੇਅਦਬੀਆਂ ਦਾ ਮੁੱਦਾ ਹੈ ਇਹ ਸਾਰੇ ਮੁੱਦੇ ਹਿਊਮਨ ਰਾਈਟਸ 'ਚ ਤਾਂ ਆਉਂਦੇ ਅਤੇ ਸਾਰੇ ਲੋਕ ਅਸੀਂ ਪੀੜਤ
ਤੁਸੀਂ ਕਿਹਾ ਵੀ ਪਾਸਟ ਸਾਡਾ, ਜੇ ਪਾਸਟ ਵਿੱਚ ਸਾਨੂੰ ਇਨਸਾਫ ਮਿਲੇ ਤਾਂ ਹੀ ਸਾਡਾ ਫਿਊਚਰ ਚੰਗਾ ਹੋਊਗਾ। ਹਾਂ, ਜੇ ਸਾਨੂੰ ਇਨਸਾਫ ਮਿਲਦਾ ਤਾਂ ਅਸੀਂ ਥੋੜ੍ਹਾ ਬਹੁਤਾ ਭੁੱਲ ਭੁਲਾ ਕੇ ਕੰਪਨਸੇਟ ਕਰਦੇ ਲੋਕਾਂ ਨੂੰ। ਇਹਨਾਂ ਨੇ ਤਾਂ ਇਹਦੇ 'ਤੇ ਸਿੱਧਾ ਬਾਦਲ ਸਾਹਿਬ ਨੇ ਕਿਹਾ ਸੀਗਾ ਕਿ ਮੈਨੂੰ ਸਿੱਧਾ ਉਹਨਾਂ ਨੇ ਇਹ ਗੱਲ ਕਹੀ ਸੀਗੀ, ਤੁਸੀਂ ਭੁੱਲ ਜਾਓ ਸਾਰਾ ਕੁਛ। ਬਾਦਲ ਸਾਹਿਬ ਨੇ ਗੱਲ ਕਹੀ ਸਿੱਧਾ ਸਟੇਜਾਂ ਤੋਂ ਕਹੀ ਸੀ। ਇਹ ਲੜਾਈ ਬਾਦਲ ਸਾਹਿਬ ਦੇ ਖਿਲਾਫ ਹੈ ਜਾਂ ਇਸ ਪੂਰੇ ਸਿਸਟਮ ਦੇ ਖਿਲਾਫ? ਪੂਰੇ ਸਿਸਟਮ ਦੇ, ਸਿਸਟਮ ਨੇ ਇਹ ਸਾਰਾ ਕੰਮ ਕੀਤਾ। ਔਰ ਇਹਦੇ ਵਿੱਚ ਅਸੀਂ, ਸਾਨੂੰ ਪਤਾ ਲੱਗਣਾ ਚਾਹੀਦਾ ਜਿਹੜੇ ਸਾਡੇ ਵਰਗੇ ਇੱਕ ਤਾਂ ਵਿਕਟਿਮ ਹੈ, ਅਤੇ ਹੁਣ ਮੈਂ 24 ਸਾਲਾਂ ਤੋਂ ਡਿਪੈਂਡੈਂਟ ਵੀ ਹਾਂ, ਸਾਨੂੰ ਪਤਾ ਤਾਂ ਲੱਗੇ ਕਿ ਇਹਦੀ ਕੌਨਸਪੀਰੇਸੀ ਆ, ਕਿ ਇਹ ਸਾਰਾ ਕੁਛ ਹੋਇਆ। ਜਸਵੰਤ ਸਿੰਘ ਵਰਗੇ ਬੰਦੇ ਨੂੰ ਚੱਕ ਕੇ ਤੁਸੀਂ ਹਵਾ 'ਚ ਉਡਾ ਦਿੰਦੇ ਹੋ ਅਤੇ ਫਿਰ ਕੋਰਟਾਂ ਦੇ ਵਿੱਚ ਤੁਹਾਨੂੰ ਉਮੀਦ ਹੈ ਇਨਸਾਫ ਮਿਲੂਗਾ 24 ਸਾਲ ਬਾਅਦ, ਕਿਉਂਕਿ 34-35 ਤੁਸੀਂ ਪਤਾ ਨਹੀਂ ਇਨਸਾਫ ਕੀ ਸਮਝਦੇ। ਆਪਣਾ ਪੱਖ ਰੱਖਣਾ ਹੁੰਦਾ, ਔਰ ਪੱਖ ਮੈਨੂੰ ਲੱਗਦਾ ਪੱਖ ਰੱਖਾਂਗੇ ਤਾਂ ਦੁਨੀਆਂ ਨੂੰ ਪਤਾ ਲੱਗੂ। ਜਦੋਂ ਜਸਵੰਤ ਸਿੰਘ ਨੇ ਪੱਖ ਰੱਖਿਆ ਸੀ ਕੌਮ ਦਾ, ਤਾਂ ਦੁਨੀਆਂ ਦੇ ਵਿੱਚ ਇੱਕ ਵਾਰੀ ਹਾਹਾਕਾਰ ਮੱਚ ਗਈ ਸੀਗੀ ਵੀ ਇੰਨੀ ਨਸਲਕੁਸ਼ੀ ਪੰਜਾਬ ਦੇ ਵਿੱਚ ਹੋਈ ਆ। ਅਤੇ ਜਦੋਂ ਹੁਣ ਮੈਂ 24 ਸਾਲ ਕੋਰਟਾਂ ਦੇ ਰਿਜ਼ਲਟ ਕੱਢ ਕੇ ਦਿੱਤੇ ਆ, ਅਤੇ ਉਦੋਂ ਸੁਪਰੀਮ ਕੋਰਟ ਆ ਜਿਹੜੀ ਉਹ ਕਹਿੰਦੀ ਆ ਵੀ ਇਹਨਾਂ ਨੂੰ ਮੁਆਵਜ਼ੇ ਦਿਓ। ਜਸਵੰਤ ਸਿੰਘ ਖਾਲੜਾ ਤੁਹਾਨੂੰ ਕਿਵੇਂ ਯਾਦ ਕਰਦੇ ਹੋ, 40 ਮਿੰਟ ਦੀ ਸਪੀਚ ਸੁਣ ਕੇ ਯਾਦ ਕਰਦੇ? ਇਹ ਕੋਈ ਕੁਸ਼ਚਨ ਨਹੀਂ ਬਣਦਾ, ਉਹ ਸਾਡੀ ਲਾਈਫ ਦਾ ਇੱਕ ਹਿੱਸਾ ਹੈ। ਔਰ ਜਸਵੰਤ ਸਿੰਘ ਨੂੰ 40 ਮਿੰਟ ਦੀ ਸਪੀਚ ਸੁਣ ਕੇ ਨਹੀਂ, ਕਿਉਂਕਿ ਉਹ 2 ਬੱਚਿਆਂ ਦਾ ਬਾਪ ਹੈ, ਔਰ ਇੱਕ ਉਹਨਾਂ ਦੇ ਮਾਂ ਪਿਓ ਭੈਣ ਭਰਾ ਸਾਰੇ ਜਿੰਦਾ ਜਾਗਦੇ ਆ। ਅਸੀਂ ਇੱਕ ਪਰਿਵਾਰ। ਮੈਂ ਅਕਸਰ ਤੁਹਾਡੇ ਇੰਟਰਵਿਊ ਵਿੱਚ ਸੁਣਿਆ ਤੁਸੀਂ ਕਹਿੰਦੇ ਹੋ ਕਿ 40 ਮਿੰਟ ਦੀ ਸਪੀਚ ਸਾਨੂੰ ਸਕੂਨ ਵੀ ਦਿੰਦੀ ਹੈ, ਹਿੰਮਤ ਵੀ ਦਿੰਦੀ ਹੈ, ਇੰਸਪੀਰੇਸ਼ਨ। ਅਸੀਂ ਜਦੋਂ ਸਾਨੂੰ ਕੋਈ ਲੱਗਦਾ ਅਸੀਂ ਕਿਤੇ, ਸਾਨੂੰ ਘਰ ਦਾ ਮਾਹੌਲ ਚੰਗਾ ਨਹੀਂ ਲੱਗਦਾ, ਜਦੋਂ ਕਿਤੇ ਡੋਲਦੇ ਲੱਗਦੇ ਹੋ? ਡੋਲਦੇ ਤਾਂ ਅਸੀਂ ਹੈ ਨਹੀਂ, ਅਤੇ ਪਰ ਇਹ ਹੈ ਵੀ ਉਦੋਂ ਅਸੀਂ ਸਾਰੇ ਜਾਣੇ ਰਾਤ ਨੂੰ ਕਈ ਵਾਰੀ ਬਿਲਕੁਲ ਸ਼ਾਂਤ ਵਾਤਾਵਰਨ ਹੁੰਦਾ, ਫਿਰ ਅਸੀਂ ਉਹ ਸਪੀਕਰ ਲਾਉਂਦੇ, ਬੱਚੇ ਵੀ ਸੁਣਦੇ ਆ, ਮੈਂ ਵੀ ਸੁਣਦੀ ਹਾਂ, ਬੱਚਿਆਂ ਨੂੰ ਤਾਂ ਬੇਟੀ ਨੂੰ ਤਾਂ ਵਰਡ ਜਾਂਦਾ। ਉਦੋਂ ਕੀ ਹੋਇਆ ਸੀਗਾ ਜਦੋਂ ਜਸਵੰਤ ਸਿੰਘ ਖਾਲੜਾ ਗਾਇਬ ਹੁੰਦੇ ਆ, ਉਸ ਤੋਂ 1/2 ਘੰਟਾ ਪਹਿਲਾਂ ਤੁਹਾਡੇ ਨਾਲ ਕੀ ਗੱਲ ਕਰਕੇ ਗਏ ਸੀ? ਨਹੀਂ ਜੀ, ਮੇਰੇ ਨਾਲ ਇਹੋ ਹੀ ਗੱਲ ਵੀ, ਇਹ ਤਾਂ ਨਹੀਂ ਮੈਨੂੰ ਇੰਨਾ ਪਤਾ ਸੀਗਾ ਕਿ ਅੱਜ ਕੋਈ ਇਹੋ ਜਿਹਾ ਕੁਛ ਇੰਸੀਡੈਂਟ ਹੋ ਜਾਣਾ, ਪਰ ਮੈਨੂੰ ਉਹ ਸੈਰ ਵੀ ਕਰਕੇ ਆਏ ਆ। ਫਿਰ ਉਹ ਗਾਰਡਨ ਸੀ ਸਾਡੇ ਛੋਟਾ ਜਿਹਾ, ਉਹਦੇ ਵਿੱਚ ਉਹਨੂੰ ਪਾਣੀ ਦੇ ਰਹੇ ਸੀ, ਅੰਦਰ ਆ ਕੇ ਰਸੋਈ 'ਚ ਮੈਨੂੰ ਉਹਨੇ ਕਿਹਾ ਕਿ ਤੂੰ ਬੱਚੇ ਪੜ੍ਹਾਉਣੇ ਆ, ਬਸ ਇਹੋ ਹੀ ਮੈਨੂੰ ਯਾਦ ਹੈ ਲਾਸਟ ਵਿੱਚ। ਉਸ ਤੋਂ ਬਾਅਦ ਮੈਂ ਰਸੋਈ 'ਚ ਕੰਮ, ਬੱਚਿਆਂ ਦੀ ਫਿਕਰ ਕਰਦੀ ਸੀ। ਫਿਕਰ ਤਾਂ ਉਹ ਆਪਣੇ ਬੱਚਿਆਂ ਨੂੰ, ਇੰਨਾ ਪਿਆਰ ਕੋਈ ਕਰ ਹੀ ਨਹੀਂ ਸਕਦਾ ਜਿੰਨਾ ਉਹ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਸੀ। ਬੱਚਿਆਂ ਨੂੰ ਪਿਆਰ ਕਰਨ ਵਾਲਾ ਸ਼ਖਸ ਉਸ ਲੜਾਈ ਵਿੱਚ ਲੱਗਿਆ ਹੋਇਆ ਸੀ ਜਿੱਥੇ ਉਹਨੂੰ ਪਤਾ ਸੀਗਾ ਵੀ ਮੇਰੇ ਨਾਲ ਵੀ ਇੱਦਾਂ ਹੋ ਸਕਦਾ। ਇਹ ਸਿਧਾਂਤਕ ਗੱਲਾਂ ਹੁੰਦੀਆਂ, ਫਿਰ ਸਾਡੀ ਕੌਮ ਦੇ ਵਿੱਚ ਇਹ ਬਹੁਤ ਕੁਝ ਹੋਇਆ। ਸਾਡੇ ਗੁਰੂਆਂ ਨੇ ਨਹੀਂ ਬੱਚੇ ਵਾਰੇ, ਉਹਨਾਂ ਨੇ ਤਾਂ ਆਪਣੇ ਬੱਚੇ ਵੀ ਵਾਰਤੇ। ਇਹ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਉਸ ਵੇਲੇ ਇਹ ਸੋਚ ਹੋਊਗੀ ਕਿ ਮੇਰੇ ਜਾਣ ਤੋਂ ਬਾਅਦ ਜ਼ਿੰਮੇਵਾਰੀ ਤਾਂ ਹਰ ਪੇਰੈਂਟਸ ਨੂੰ ਹੁੰਦੀ ਆ, ਪਰ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਉਹਨਾਂ ਨੇ ਬੱਚਿਆਂ ਨੂੰ ਪ੍ਰੈਫਰੈਂਸ ਕਿਉਂ ਨਹੀਂ ਦਿੱਤੀ। ਬਹੁਤ ਲੋਕ ਇਹ ਸੋਚਦੇ ਆ ਵੀ ਬੱਚਿਆਂ ਨੂੰ ਪ੍ਰੈਫਰੈਂਸ ਕਿਉਂ ਨਹੀਂ ਦਿੱਤੀ, ਇਹ ਤਾਂ ਮੈਨੂੰ ਲੱਗਦਾ ਕੁਦਰਤ ਨੇ ਉਹਨਾਂ ਦੀ ਡਿਊਟੀ ਲਾਈ ਆ ਉਸ ਵੇਲੇ। ਪਰ ਉਹਨਾਂ ਨੂੰ ਸ਼ੋਰ ਪਤਾ ਸੀ ਇਸ ਗੱਲ ਦਾ ਕਿ ਮੇਰੀ ਸ਼ਹਾਦਤ ਹੋਣੀ। ਪਰਮਜੀਤ ਕੌਰ ਖਰੜਾ ਨੂੰ ਜਦੋਂ ਪਤਾ ਲੱਗਿਆ ਕਿ ਹੁਣ ਜਸਵੰਤ ਸਿੰਘ ਖਾਲੜਾ ਹਰੀ ਸਾਡੇ ਨਾਲ ਨੇ, ਤੁਸੀਂ ਉਮੀਦਾਂ ਜ਼ਰੂਰ ਰੱਖੀਆਂ ਹੋਣੀਆਂ। ਸਵਾਲ ਹੈਗਾ, ਪਰਮਜੀਤ ਕੌਰ ਖਾਲੜਾ ਉਦੋਂ ਟੁੱਟ ਗਏ ਸੀ ਜਾਂ ਹੋਰ ਮਜ਼ਬੂਤ ਹੋ ਗਏ? ਨਹੀਂ ਜੀ, ਟੁੱਟਣ ਵਾਲੀ ਗੱਲ ਇਹ ਤਾਂ ਨਹੀਂ ਹੈ, ਮਾਨਸਿਕ ਤੌਰ 'ਤੇ ਪਰੇਸ਼ਾਨੀਆਂ ਤਾਂ ਹੁੰਦੀਆਂ ਵੀ ਆਪਾਂ ਇੱਕ ਮਾਨਸਿਕ ਤੌਰ 'ਤੇ ਜੁੜੇ ਹੁੰਦੇ ਹਾਂ ਆਪਣੇ ਪਰਿਵਾਰ ਦੇ ਨਾਲ, ਪਰ ਇਹ ਇੱਕ ਬਹੁਤ ਵੱਡੀ ਸੋਚ ਸੀਗੀ ਜਸਵੰਤ ਸਿੰਘ ਦੇ ਵਿਚਾਰਧਾਰਾ ਦੀ, ਕਿਉਂਕਿ ਬਹੁਤ ਕੁਝ ਮੈਂ ਸਿੱਖਿਆ ਉਹ ਉਹਨਾਂ ਦੇ ਇੱਕ ਅੰਦਰ ਸਾਡੇ। ਤੁਹਾਨੂੰ ਦੱਸ ਦੇ ਸਾਰਾ ਕੁਛ ਆ ਕੇ? ਮੈਨੂੰ ਆਪ ਹੀ ਪਤਾ ਸੀਗਾ, ਮੈਂ ਲਾਇਬ੍ਰੇਰੀ ਸੀ, ਮੈਂ ਅਖਬਾਰਾਂ ਪੜ੍ਹਦੀ ਸੀ, ਮੈਨੂੰ ਪਤਾ ਸੀ ਪੰਜਾਬ ਦੇ ਵਿੱਚ ਕੀ ਚੱਲ ਰਿਹਾ, ਪਰ ਇਹ ਨਹੀਂ ਸੀ ਪਤਾ ਵੀ ਇਹ ਸਾਡੇ ਨਾਲ ਇਸ ਤਰ੍ਹਾਂ ਹੋ ਸਕਦਾ। ਮੈਨੂੰ ਤਾਂ ਚੁੱਕਣ ਤੋਂ ਬਾਅਦ ਵੀ ਲੱਗਦਾ ਸੀਗਾ ਇਹ ਕਿਵੇਂ ਹੋ ਸਕਦਾ ਵੀ ਬੰਦੇ ਨੂੰ ਘਰੋਂ ਲੈ ਜਾਣ, ਬੇਗਨਾਹ ਬੰਦੇ ਨੂੰ ਜਿਹੜਾ ਸਿਰਫ ਇੱਕ ਹੱਕ ਸੱਚ ਇਨਸਾਫ ਲਈ ਲੜ ਰਿਹਾ, ਡੈਥ ਸਰਟੀਫਿਕੇਟ ਹੀ ਤਾਂ ਮੰਗ ਰਿਹਾ। ਜਸਵੰਤ ਸਿੰਘ ਖਾਲੜਾ ਹਰੀ, ਤੁਹਾਨੂੰ ਲੱਗਦਾ ਕਿ ਇਸ ਦੁਨੀਆਂ ਵਿੱਚ ਹੈਗੇ ਆ? ਮੈਂ ਕਿਹਾ ਲੋਕਾਂ ਦੇ ਦਿਲਾਂ 'ਤੇ ਰਾਜ ਕਰ, ਤੁਹਾਨੂੰ ਕੌਣ ਕਹਿੰਦਾ ਹੈ ਵੀ ਉਹ ਜਿਹੜਾ ਸ਼ਹੀਦ ਆ ਉਹਦੀ ਜ਼ਿੰਦਗੀ ਉਹ ਜਿਸ ਦਿਨ ਉਹਦੀ ਮੌਤ ਹੁੰਦੀ ਨਾ ਉਹਦੀ ਲਾਈਫ ਉਸ ਦਿਨ ਤੋਂ ਸ਼ੁਰੂ ਹੁੰਦੀ, ਉਹਦਾ ਜਨਮ ਹੀ ਉਦੋਂ ਹੁੰਦਾ।
ਤੁਸੀਂ ਵੇਖ ਲਓ ਅੱਜ ਜੋ ਵੀ ਚੱਲ ਰਿਹਾ ਪੰਜਾਬ ਦੇ ਵਿੱਚ, ਜੋ ਸੋਸ਼ਲ ਮੀਡੀਆ 'ਤੇ ਚੱਲ ਰਿਹਾ, ਜੋ ਦੁਨੀਆ 'ਚ ਚੱਲ ਰਿਹਾ, ਹਰ ਜਿਹੜਾ ਪੁਰਾਣੀਆਂ, ਮੈਂ ਕੌਣ, ਮੇਰੀ ਕੀ ਔਕਾਤ ਆ ਵੀ ਮੈਂ ਐਡੀ ਵੱਡੀ ਕੰਪਲੇਂਟ ਕਰ ਸਕਾਂ? ਲੋਕ ਕਰ ਰਹੇ ਆ ਸਰ। ਜਸਵੰਤ ਸਿੰਘ ਖਾਲੜਾ ਦਾ ਅਤੇ ਉਹਨਾਂ ਅਣਪਛਾਤੀਆਂ ਲਾਸ਼ਾਂ ਦਾ ਗੁਨਾਹਗਾਰ ਕਿਸ ਨੂੰ ਮੰਨਦੇ ਤੁਸੀਂ? ਗੁਨਾਹਗਾਰ ਜਸਵੰਤ ਸਿੰਘ ਖਾਲੜਾ ਥੋੜ੍ਹੀ ਗੁਨਾਹਗਾਰ। ਨਹੀਂ, ਜਸਵੰਤ ਸਿੰਘ ਖਾਲੜਾ ਦੀ ਜਾਨ ਦਾ ਅਤੇ ਉਹ ਅਣਪਛਾਤੀਆਂ ਲਾਸ਼ਾਂ ਦਾ, ਸਾਰਿਆਂ ਦਾ ਜਿਨ੍ਹਾਂ ਬਾਰੇ ਜਸਵੰਤ ਸਿੰਘ ਖਾਲੜਾ ਫਿਕਰ ਕਰਦੇ ਸੀਗੇ, ਲੱਗੇ ਰਹੇ ਸੀਗੇ, ਉਹਨਾਂ ਦਾ ਗੁਨਾਹਗਾਰ ਕੌਣ? ਉਹਨਾਂ ਦਾ ਗੁਨਾਹਗਾਰ ਸਾਡੀਆਂ ਸਿਸਟਮਾਂ ਖਿਲਾਫ਼ ਹੈ, ਸਾਡੀਆਂ ਸਰਕਾਰਾਂ ਜ਼ਿੰਮੇਵਾਰ ਹੈ, ਜਿਨ੍ਹਾਂ ਨੇ, ਚਲੋ ਕਿਤੇ ਹੋਇਆ 10 ਬੰਦੇ ਕੋਈ ਮਾਰੇ ਗਏ, ਉਹਨਾਂ ਵਾਢੀ ਕਰ ਲਈ ਘਰ ਘਰ ਦੇ ਵਿੱਚ। ਤੁਸੀਂ ਜਾ ਕੇ ਪਤਾ ਕਰੋ ਪਿੰਡਾਂ ਦੇ ਵਿੱਚ, ਲੋਕ ਅੱਜ ਅਸੀਂ ਕੋਈ ਮੀਟਿੰਗ ਕਰਦੇ ਹਾਂ, 10-10 ਪਰਿਵਾਰ ਥੱਲੇ ਬੈਠੇ ਹੋ, ਉਹ ਆਏ ਤੁਹਾਡੇ ਕੋਲ ਸਾਰੇ ਪਰਿਵਾਰ? ਸਾਰੇ ਆਉਂਦੇ ਆ, ਜਿਹੜੇ ਪਿੰਡ ਦੇ ਵਿੱਚ ਕੋਈ ਹੁੰਦਾ ਉਹ ਆਪਣੇ ਆਪ ਆਉਂਦੇ ਆ। ਤੁਸੀਂ ਉਹਨਾਂ ਨੂੰ ਪਹਿਲਾਂ ਮਿਲੇ ਸੀ ਜਾਂ ਸੋਸੇ ਖਾਟਾ ਉਹਨਾਂ ਨੂੰ ਜਾਣਦੇ? ਮੈਂ ਹਮੇਸ਼ਾ ਹੀ ਉਹਨਾਂ ਨੂੰ ਮਿਲਦੀ ਹਾਂ। ਠੀਕ ਹੈ, ਜਦੋਂ ਸਰਦਾਰ ਜਸਵੰਤ ਸਿੰਘ ਉਦੋਂ 4-5 ਸਾਲ ਤੋਂ ਕੰਮ ਕਰ ਰਹੇ ਸੀਗੇ, ਮੈਂ ਜੋਬ ਕਰਦੀ ਸੀਗੀ, ਉਦੋਂ ਸਾਡੇ ਜਦੋਂ ਪਰਿਵਾਰ ਘਰ ਆਉਂਦੇ ਆ ਆਪਾਂ ਘਰ ਆਇਆਂ ਨੂੰ ਅਟੈਂਡ ਕਰਦੇ ਹਾਂ, ਇਹੋ ਜਿਹੀ ਕੋਈ ਗੱਲ ਨਹੀਂ, ਪਰ ਹੁਣ ਤਾਂ ਉਹ ਮੇਰੇ ਪਰਿਵਾਰ ਦਾ ਹਿੱਸਾ। ਕਿੰਨੇ ਕੁ ਪਰਿਵਾਰ ਆ ਉਹ ਜਿਹੜੇ ਅੱਜ ਵੀ ਪੀੜਿਤ ਹੈਗੇ? ਉਹ 25,000 ਜਿਹੜੇ ਲੋਕ ਲਾਪਤਾ ਹੋਏ ਆ। ਮੇਰੇ ਕੋਲ ਸਿਰਫ ਅੰਮ੍ਰਿਤਸਰ ਦੇ ਪਰਿਵਾਰ ਨਹੀਂ ਹੁੰਦੇ, ਮੇਰੇ ਕੋਲ ਯੂਪੀ ਤੋਂ, MP ਤੋਂ ਵੀ ਜਿਹਨਾਂ ਦੇ ਬੱਚੇ ਚੁੱਕੇ ਗਏ, ਉਹ ਵੀ ਕੀ ਆ ਕੇ ਦੱਸ ਦੇ, ਕੋਈ ਦੱਸ ਸਕਦੇ ਹੋ? ਨਹੀਂ, ਉਹ ਪੁੱਛਦੇ ਹੀ ਆ ਵੀ ਤੁਸੀਂ ਸਾਡਾ ਕੁਛ ਕਰ ਸਕਦੇ ਹਾਂ, ਸਾਡਾ ਕੇਸ ਕਿਤੇ ਲੱਗ ਸਕਦਾ। ਉਹਨਾਂ ਨੂੰ ਉਮੀਦ ਪਰਮਜੀਤ ਕੌਰ ਖਾਲੜਾ ਤੋਂ? ਉਹਨਾਂ ਨੂੰ ਲੱਗਦਾ ਵੀ ਜਸਵੰਤ ਸਿੰਘ ਇੱਕ ਬੰਦਾ ਸੀ ਜਿਹਨੇ ਸਾਡੀ ਗੱਲ ਕੀਤੀ ਹੈ, ਔਰ ਉਸ ਤੋਂ ਬਾਅਦ ਜਿੰਨੇ ਵੀ ਕੋਰਟ ਕੇਸ ਚੱਲੇ ਆ, ਕੋਰਟ ਕੇਸ, ਮੈਨੂੰ ਲੱਗਦਾ ਕੱਲ੍ਹ ਇੱਕ ਸਾਡੇ ਕੋਲ ਵਕੀਲ ਆਇਆ ਸੀ ਦਿੱਲੀ ਤੋਂ, UK ਤੋਂ ਉਹ ਬਰੈਸਟਰ, ਉਹਨੇ ਮਤਲਬ ਸਾਰਾ ਆਪਣਾ ਸਮੇਟ ਕੇ ਉੱਥੋਂ UK ਤੋਂ ਦਿੱਲੀ ਦੇ ਵਿੱਚ ਸਿਰਫ ਇੰਨਾ ਕਿੱਸਾ। ਡਾਟਾ ਕਿਤੇ ਪਬਲਿਸ਼ ਹੈਗਾ ਜਿਹੜਾ ਅਣਪਛਾਤੀਆਂ ਲਾਸ਼ਾਂ ਦਾ? ਸਰ ਬਿਲਕੁਲ, ਇੱਕ ਤਾਂ ਸੁਪਰੀਮ ਕੋਰਟ ਨੇ ਜਿਹੜੇ ਸਪੈਸਿਫਿਕ ਮੰਨ ਲਏ ਕੇਸ, ਉਹ ਤਾਂ ਔਨਲਾਈਨ NHRC ਦੇ ਜਿਹੜਾ ਉਹਨਾਂ ਦੀ ਵੈਬਸਾਈਟ ਉਹਦੇ ਉੱਤੇ ਪਏ ਰਹੇ, ਅਤੇ ਹੁਣ ਜਿਹੜਾ ਡਾਟਾ ਉਹ ਸਾਰਾ ਡਾਟਾ ਜਿਹੜਾ ਉਹ ਡਾਕੂਮੈਂਟੇਸ਼ਨ ਹੋ ਚੁੱਕੀ ਹੈ, ਔਰ 11,000 ਕੇਸ ਹੈ ਜਿਹੜਾ ਅੱਜ ਜਾਂ ਭੜਕ ਸੁਪਰੀਮ ਕੋਰਟ 'ਚ ਲੱਗਣ ਜਾ ਕੇ, ਇਹ ਸਾਰਾ ਉਹੀ ਚਿੱਠਾ ਹੈ ਸਾਡੇ ਜੁਰਮ ਦਾ, ਜਿਹੜਾ ਅਸੀਂ ਵਾਰ ਵਾਰ ਕਹਿੰਦੇ ਹਾਂ ਵੀ ਸਾਨੂੰ ਇਨਸਾਫ ਨਹੀਂ ਮਿਲਿਆ। ਮੈਂ ਪਹਿਲਾਂ ਸਗੋਂ ਇੱਕ ਇਲਜ਼ਾਮ ਲੱਗਾ ਸਾਡੇ 'ਤੇ ਕਿ ਵੱਖਵਾਦੀ ਹੈ, ਅੱਤਵਾਦੀ ਹੈ, ਅਤੇ ਬੰਦੇ ਤੁਸੀਂ ਮਾਰੇ ਆ ਅਤੇ ਅੱਤਵਾਦੀ। ਤੁਹਾਨੂੰ ਗੁੱਸਾ ਹੁੰਦਾ ਜਦੋਂ ਤੁਹਾਨੂੰ ਕੋਈ ਵੱਖਵਾਦੀ ਕਰਦਾ? ਨਹੀਂ, ਮੈਂ ਗੁੱਸੇ ਆਉਣ ਵਾਲੀ ਕਿਹੜੀ ਗੱਲ ਆ, ਜਿਵੇਂ ਹੁਣ ਇਹਨਾਂ ਲੋਕਾਂ ਦੀਆਂ ਹੁਣ ਵੀ ਹੁੰਦਾ ਗੁੱਸਾ ਜਦੋਂ ਹੁਣ ਵੀ ਕਹਿੰਦੇ ਆ, ਮੈਨੂੰ ਤਾਂ ਨਹੀਂ ਕੋਈ ਅੱਤਵਾਦੀ ਕਹਿੰਦਾ, ਨਹੀਂ ਵੱਖਵਾਦੀ, ਮੈਂ ਤੁਹਾਨੂੰ ਵੱਖਵਾਦੀ ਦੱਸਦੀ ਹਾਂ। ਜਦੋਂ ਆਪਣੀਆਂ ਚੋਣ ਕੰਪੇਨ ਸ਼ੁਰੂ ਹੋਈ ਆ, ਅਤੇ 2-3 ਦਿਨ ਕੋਈ ਮਾੜੀ ਜਿਹੀ ਗੱਲ ਕਰਦਾ ਸੀਗਾ, ਪਰ ਉਹਨਾਂ ਦੇ ਮੂੰਹ 'ਤੇ ਚਪੇੜ ਆਇਆ ਇਹਨਾਂ ਲੋਕਾਂ ਦੇ ਜਿਹੜੇ ਸਾਨੂੰ ਅੱਤਵਾਦੀ ਅੱਤਵਾਦੀ, ਨਹੀਂ ਸਾਡੇ ਕੋਲ ਸਬੂਤ ਆ, ਅਸੀਂ ਕਹਾਂਗੇ ਅੱਤਵਾਦੀ, ਤੁਸੀਂ ਅਸੀਂ ਥੋੜ੍ਹੀ ਅੱਤਵਾਦੀ। ਜਿੱਤ ਹਾਰ ਜਿਹੜੀ ਹੈ ਇਹ ਮਸਲਾ ਨਹੀਂ, ਆਪਣਾ ਪੱਖ ਰੱਖਣਾ, ਆਪਣੇ ਮੁੰਡੀ ਦਾ ਪੱਖ ਰੱਖਣਾ, ਇਹ ਇੱਕ ਮਸਲਾ। ਜਸਵੰਤ ਸਿੰਘ ਖਾਲੜਾ ਦੇ ਜਾਣ ਤੋਂ ਬਾਅਦ ਕੁਝ ਬਦਲਿਆ, ਕੁਝ ਰੋਕਾਂ ਲੱਗੀਆਂ? ਜਿਹੜੇ ਮਨੁੱਖੀ ਅਧਿਕਾਰਾਂ ਦਾ ਕਾਂਡ ਹੋ ਰਿਹਾ ਸੀ, ਉਹਨੇ ਤੇ ਰੋਕ ਲੱਗੇ? ਕਹਿੰਦੀ ਆ ਵੀ ਇਹ ਆ ਵੀ ਉਹ ਪੁਸ਼ਟੇ ਨਹੀਂ ਇਸ ਮੁੱਦੇ ਤੇ, ਮੌਲਿਕ ਅਧਿਕਾਰਾਂ ਦਾ ਹੀ ਮੁੱਦਾ, ਜੀਣ ਦੇ ਹੱਕ ਦਾ ਮੁੱਦਾ, ਸਾਡੇ ਰਹਿਣ ਦਾ ਹੱਕ ਦਾ ਮੁੱਦਾ। ਕੋਈ ਮੈਨੂੰ ਦੱਸੋ ਇਸ ਕੰਪੇਨ ਦੇ ਵਿੱਚ ਕਿਸੇ ਨੇ ਮੇਰੇ ਤੇ ਕੋਈ ਇਲਜ਼ਾਮ ਲਾਇਆ? ਤੇ ਮੈਂ ਤਾਂ ਇਹਨਾਂ ਨੂੰ, ਮੇਰਾ ਤਾਂ, ਸਾਡਾ ਤਾਂ ਸਵਾਲ ਹੈ ਸਾਰੇ ਲੋਕਾਂ ਦਾ ਵੀ ਸਾਨੂੰ ਦੱਸੋ ਵੀ ਕਿਹੜੇ ਕਾਨੂੰਨ ਨਾਲ ਤੁਸੀਂ ਸਾਡੇ ਨਾਲ ਇਹ ਕੀਤਾ, ਕਿਹੜੇ ਕਾਨੂੰਨ ਨਾਲ ਦਰਬਾਰ ਸਾਹਿਬ 'ਤੇ ਹਮਲੇ ਹੋਏ? 100 ਗਜ ਦੀ ਦੂਰੀ 'ਤੇ ਜਲ੍ਹਿਆਂਵਾਲਾ ਬਾਗ ਹੈ, ਉੱਥੇ ਬੇਗਾਨੇ ਬੰਦੇ ਨੇ ਆ ਕੇ, ਸਾਂਡਰਸ ਨੇ ਜਿਹਨੇ ਗੋਲੀ ਚਲਾਈ ਉਹਦੇ 'ਤੇ, ਉਹਦਾ ਕੋਰਟ ਮਾਰਸ਼ਲ ਵੀ ਹੋਇਆ, ਉਹਨਾਂ ਦੀਆਂ ਲਾਸ਼ਾਂ ਵੀ ਦਿੱਤੀਆਂ ਗਈਆਂ, ਅਤੇ ਉਹਨਾਂ ਦੀਆਂ ਨਿਸ਼ਾਨੀਆਂ ਵੀ ਸਾਂਭੀਆਂ ਪਈਆਂ ਗੋਲੀਆਂ ਦੀਆਂ, ਅਤੇ ਸਾਡੇ ਦਰਬਾਰ ਸਾਹਿਬ 'ਤੇ ਕਿੱਥੇ ਨਿਸ਼ਾਨੀਆਂ? ਕੀ ਹੋ ਗਈ ਕੋਈ FIR? ਅਸੀਂ ਹੱਕ ਨਾਲ ਰਹਿਣਾ ਚਾਹੁੰਦੇ ਹਾਂ ਪੰਜਾਬ ਦੇ ਵਿੱਚ। ਜਿਹੜੇ ਹੁਣ ਜਿਨ੍ਹਾਂ 'ਤੇ ਤੁਹਾਨੂੰ ਹੈਗਾ ਵੀ ਇਹ ਸਾਡੇ ਗੁਨਾਹਗਾਰ ਲੱਗੇ ਆ, ਉਹਨਾਂ ਵਿੱਚ ਕਿਹੜੇ ਪੁਲਿਸ ਵਾਲੇ ਆ ਜਿਹੜੇ ਤੁਹਾਨੂੰ ਅੱਜ ਵੀ ਚੇਤੇ ਹੈਗੇ ਆ ਕਿ ਇਹ ਗੁਨਾਹਗਾਰ? ਮੈਨੂੰ ਤਾਂ ਇੱਕ ਇੱਕ ਚੇਤੇ ਆ, ਮੈਨੂੰ KPS ਗਿੱਲ ਤੋਂ ਲੈ ਕੇ ਸਮੇਰ ਸੈਣੀ ਆ, ਗੋਬਿੰਦ ਰਾਮ ਜਿਹੜਾ ਕਹਿੰਦਾ ਸੀ ਤੁਸੀਂ ਗੋਬਿੰਦ ਰਾਮ ਨੂੰ ਭੁੱਲ ਜੂਗੇ ਅਤੇ ਮੈਨੂੰ ਯਾਦ ਕਰਿਆ ਕਰੋ, ਮੇਰੇ ਨਾਲ ਗੋਬਿੰਦ ਸਿੰਘ ਜਿਹੜਾ ਭੁੱਲ ਜੂਗੀ ਅਤੇ ਮੈਨੂੰ ਯਾਦ ਕਰਿਆ,
ਸਾਡਾ ਤਾਂ ਇਸ ਦੇ ਵਿੱਚ ਤੁਹਾਨੂੰ ਪਤਾ ਵੀ ਜਿੰਨੇ ਬੰਦੇ ਜੇਲ੍ਹ ਕੱਟ ਰਹੇ ਆ ਆਹ ਸਮੇਤ ਹੈ ਪਰਮਰਾਜ ਗੁਰਾਨੰਦ ਦਾ ਜਿਹਦਾ ਮਰਜ਼ੀ ਨਾਮ ਮੇਰੇ ਕੋਲ ਲਿਆ। ਜਦੋਂ ਇੰਨਾ ਕੁਛ ਤੁਹਾਨੂੰ ਤੁਹਾਡੇ ਬਾਰੇ ਸਾਰਿਆਂ ਨੂੰ ਪਤਾ, ਇੱਕ ਕੰਪੇਨ ਇਹ ਵੀ ਚੱਲੀ ਹੈ ਕਿ ਪਰਮਜੀਤ ਕੌਰ ਖਾਲਰਾ ਦੇ ਖਿਲਾਫ਼ ਕਿਸੇ ਨੂੰ ਖੜੇ ਨਹੀਂ ਹੋਣਾ ਚਾਹੀਦਾ ਸੀਗਾ, ਉਸ ਕੰਪੇਨ ਦੇ ਵਿਚਾਰੇ ਪਰਮਜੀਤ ਕੌਰ ਖਾਲਰਾ ਨੂੰ ਅੱਜ ਇਹ ਲੱਗਦਾ ਹੈ ਕਿ ਜਿਹੜੇ ਤੁਹਾਡੇ ਹੁਣ ਤੁਹਾਡੇ ਵਿਰੋਧ ਵਿੱਚ ਖੜੇ ਹੋਏ ਆ ਉਹ ਕਿਉਂ ਖੜੇ ਹੋਏ? ਮੈਨੂੰ ਇਹ ਦੱਸੋ ਵੀ ਜਿਹੜੇ ਬੰਦੇ ਇਹ ਕਹਿੰਦੇ ਆ ਵੀ ਪਰਮਜੀਤ ਕੌਰ ਖਾਲਰਾ ਦੇ ਅਗੇਂਸਟ ਕਿਸੇ ਨੂੰ ਖੜਾ ਨਹੀਂ ਹੋਣਾ ਚਾਹੀਦਾ, ਉਹ ਕੋਈ ਸੱਚਾਈ ਜਾਣਦੇ ਆ ਨਾ ਕਿ ਸਾਡੇ ਪੱਲੇ ਸੱਚ ਹੈ ਤਾਂ ਹੀ ਕਹਿੰਦੇ ਆ। ਅਤੇ ਜਿਹੜੇ ਇਹ ਦੋ ਰਵਾਇਤੀ ਟੱਬਰ ਹੈ ਇਹ ਕੋਈ ਲੋਕਾਂ ਦੇ ਕੋਈ ਹਰਮਨ ਪਿਆਰੇ ਦੀ ਬੜੀ ਹੈਰਾਨੀ ਦੀ ਗੱਲ ਹੈ ਕਿ ਦੋ ਇਹਨਾਂ ਨੂੰ ਬੀਬੀਆਂ ਖੜੀਆਂ ਕੀਤੀਆਂ, ਇੱਕ ਕੀਤੀ ਹੈ ਬਾਦਲ ਨੇ ਆਪਣੀ ਮੂੰਹ ਅਤੇ ਇੱਕ ਕੈਪਟਨ ਨੇ ਕੀਤੀ ਕਿ ਕਿਸੇ ਨੂੰ ਮੌਕਾ ਦਿੰਦੇ ਹੈ। ਇਹ ਰਵਾਇਤੀ ਟੱਬਰਾਂ ਨੇ ਤਾਂ ਰਾਜ ਕਰਨਾ ਕਿ ਸਾਨੂੰ ਮਿਲਣਾ ਚਾਹੀਦਾ ਰਾਜ। ਹੁਣ ਬਾਦਲ ਸਾਹਿਬ ਬ੍ਰਹਮਪੁਰਾ ਸਾਹਿਬ ਸਭ ਤੋਂ ਵੱਧ ਗੋਤਮ ਸੀ ਪਿਛਲੀ ਦਿਨ ਉਹ 1.5 ਲੱਖ ਦੀ ਲੀਡ ਦਿੱਤੀ ਸੀ ਅਤੇ ਹਰਸਿਮਰਤ ਕੌਰ 20,000 ਵੋਟ ਦਿੱਤੀ। ਬਾਦਲ ਨੂੰ ਇੰਨਾ ਵੀ ਨਹੀਂ ਚੜਿਆ ਵੀ ਸੀਨੀਅਰ ਬੰਦਾ ਉਹਨੂੰ ਕੋਈ ਮੰਤਰੀ ਸ਼ੰਤਰੀ ਕਿਹਾ ਅਤੇ ਉਹਨੇ ਫਿਰ ਹਰਸਿਮਰਤ ਨੂੰ ਕੀਤਾ। ਅੱਜ ਉਹਨਾਂ ਦਾ ਸਾਰਾ ਦਾਰੂ ਦੁਨੀਆਂ ਆਪਣੇ ਪੁੱਤ ਦੇ ਅਤੇ ਰੂਹ 'ਤੇ ਲੱਗਾ ਹੋਇਆ, ਉਹਨੂੰ ਕੌਮ ਨਹੀਂ ਦਿਸਦੀ, ਉਹਨੂੰ ਲੋਕ ਨਹੀਂ ਦਿਸਦੇ, ਉਹਨੂੰ ਪੰਥ ਨਹੀਂ ਦਿਸਦਾ, ਕੁਛ ਨਹੀਂ ਦਿਸਦਾ। ਮਾਝਾ, ਮਾਲਵਾ, ਦੁਆਬਾ ਇਹ ਤਿੰਨੇ ਖੇਤਰ ਤੁਹਾਡੇ ਲੋਕ ਸਭਾ ਹਲਕੇ ਦੇ ਵਿੱਚ ਆ ਰਹੇ ਆ, ਤੁਹਾਡਾ ਕੀ ਉਹਨਾਂ ਲਈ ਪਲਾਨ ਕੀ ਹੈਗਾ? ਕਿਉਂਕਿ ਸਰਹੱਦੀ ਖੇਤਰ ਦੀਆਂ ਸਮੱਸਿਆਵਾਂ ਵੱਖਰੀਆਂ ਹੈਗੀਆਂ, ਹੋਰ ਸਿੱਖਿਆ ਖੇਤਰ ਦੀਆਂ ਸਮੱਸਿਆਵਾਂ ਹੈਗੀਆਂ, ਬੇਰੁਜ਼ਗਾਰੀ ਦੀ ਤੁਸੀਂ ਗੱਲ ਕੀਤੀ ਹੈਗੀ ਆ, ਤੁਹਾਡਾ ਕੀ ਮੈਨੀਫੈਸਟੋ ਕੀ ਹੈ? ਮੇਰਾ ਮੈਨੀਫੈਸਟੋ ਤਾਂ ਇਹੋ ਹੀ ਹੈ ਕਿ ਮਨੁੱਖਾਂ ਦੇ ਹੱਕ 'ਚ ਖੜਨਾ, ਮਨੁੱਖਤਾ ਦੇ ਹੱਕ 'ਚ ਖੜਨਾ ਹੈ। ਮੇਰਾ ਕੋਈ ਹੋਰ ਇਹੋ ਜਿਹਾ ਏਜੰਡਾ ਨਹੀਂ ਗਾ ਵੀ ਮੈਂ ਕੋਈ ਵੱਖਰਾ ਕੁਛ ਕਰਨਾ। ਪਾਰਟੀ ਦੇ ਚੋਣ ਮੈਨੀਫੈਸਟੋ ਹੁੰਦੇ ਲੀਗਲੀ, ਪਰ ਮੈਂ ਚਾਹੁੰਦੀ ਹਾਂ ਵੀ ਸਿਰਫ ਮਨੁੱਖਤਾ ਦੇ ਹੱਕ 'ਚ ਖੜਿਆ ਜਾਵੇ, ਗੁਰੂ ਦੇ ਜੋ ਸਾਡੇ ਉਦੇਸ਼ ਸਨ ਉਹਦੇ ਅਨੁਸਾਰ, ਅਤੇ ਜਿਹੜੇ ਸਾਡੇ NRI ਭਰਾ ਹੈ ਉਹ ਵੀ ਵਿਚਾਰੇ ਇੱਥੋਂ ਦੁੱਖਾਂ ਦੇ ਸਤਾਏ ਕਈ ਗਏ ਆ, ਜਿਹੜੇ ਜਿਹਨਾਂ ਨੂੰ ਕਾਲੀਆਂ ਸੂਚੀਆਂ 'ਚ ਪਾਇਆ ਹੋਇਆ, ਉਹ ਮੇਰੀ ਸਪੋਰਟ ਨਾ ਕਰਨਗੇ, ਉਹ ਜਸਵੰਤ ਸਿੰਘ ਖਾਲਰਾ ਦੀ ਸਪੋਰਟ ਨਾ ਕਰਨਗੇ। ਸਰਕਾਰੀ ਤੌਰ 'ਤੇ ਅਮਰੀਕਾ ਦੇ ਵਿੱਚ ਜਸਵੰਤ ਸਿੰਘ ਦੇ ਨਾਂ 'ਤੇ ਪਾਰਕ ਬਣ ਗਿਆ, ਸਕੂਲਾਂ ਦੇ ਨਾਂ ਉਹਨਾਂ ਨੇ ਬੱਚੇ ਉੱਥੇ ਸਟਰਗਲ ਕਰ ਰਹੇ ਆ ਵੀ ਕਿਸੇ ਸਕੂਲ ਦਾ ਨਾਂ ਵੀ ਜਸਵੰਤ ਸਿੰਘ ਖਾਲਰਾ ਦੇ, ਕਮਿਊਨਿਟੀ ਦੇ ਸਕੂਲ ਦਾ ਨਾਂ ਜਸਵੰਤ ਸਿੰਘ ਖਾਲਰਾ ਦੇ ਨਾਂ 'ਤੇ ਹੋਜੇ। ਲੋਕ ਇਹਨੂੰ ਮਸੀਹਾ ਮੰਨਣਗੇ ਕਿ ਜੇ ਆਹ ਜਿਹੜੇ ਠੱਗ ਚੋਰ ਦੋ ਤਿੰਨ ਰਵਾਇਤੀ ਪਾਰਟੀਆਂ ਵਾਲੇ ਜੇ ਇਹਨੂੰ ਇਗਨੋਰ ਕਰਦੇ ਆ ਤਾਂ ਲੋਕਾਂ ਦੇ ਵਿੱਚ ਹੁਣ ਤੁਸੀਂ ਵੇਖੋ ਇੱਕ ਲਹਿਰ ਬਣੀ ਹੋਈ, ਜਿੱਤ ਹਾਰ ਜਿਹੜੀ ਹੈ ਇਹ ਮਸਲਾ ਨਹੀਂ ਹੁੰਦਾ, ਆਪਣਾ ਪੱਖ ਰੱਖਣਾ, ਆਪਣੇ ਮੁੰਡੀ ਦਾ ਪੱਖ ਰੱਖਣਾ, ਇਹ ਇੱਕ ਮਸਲਾ ਹੈ। ਪਰਮਜੀਤ ਕੌਰ ਖਾਲੜਾ ਜੇ ਮੈਂਬਰ ਪਾਰਲੀਮੈਂਟ ਬਣ ਜਾਂਦੇ ਆ ਇੱਥੇ ਰਹਿਣਗੇ? ਯੈਸ, ਮੈਂ ਕਿੱਥੇ ਜਾਣਾ? ਇਹ ਲੋਕਾਂ ਨੂੰ ਕਿੱਡਾ ਵਹਿਮ ਹੋ ਗਿਆ ਵੀ ਖਨੀ ਮੇਰੇ ਬੱਚੇ ਕਿਸੇ ਹੋਰ ਗਲਤ ਵੇ ਨਾ ਗਏ ਆ। ਇਮੈਜਿਨ ਕਰੋ ਕਿ ਮੇਰੇ ਬੱਚੇ ਟੋਪਰ ਸੀਗੇ ਇੱਥੇ, ਬੇਟੀ ਮੇਰੀ, ਔਰ ਬਿਨਾਂ ਕਿਸੇ ਗੱਲ ਤੋਂ ਉਹਨੂੰ ਸਕੋਲਰਸ਼ਿਪ ਵੀ ਮਿਲਿਆ ਅਮੈਰੀਕਾ 'ਚ ਜਾ ਕੇ, ਅਤੇ ਉਹ ਸਟੱਡੀ ਵੀਜ਼ੇ 'ਤੇ ਗਏ ਆ, ਹੁਣ ਹੌਲੀ ਹੌਲੀ ਉਹ ਉੱਥੇ ਸੈੱਟ ਹੋ ਰਹੇ ਆ। ਮੇਰੇ ਕੋਲ ਕੋਈ ਇਹੋ ਜਿਹਾ ਮੇਰਾ ਏਜੰਡਾ ਹੀ ਨਹੀਂ ਹੈਗਾ, ਮੈਂ ਬਾਹਰ ਜਾਣਾ, ਮੈਂ ਤਾਂ ਆਪਣੇ ਬੱਚਿਆਂ ਨੂੰ ਕਹਿੰਦੀ ਹਾਂ ਮੈਂ ਮਿਲ ਤੁਹਾਨੂੰ ਆ ਸਕਦੀ, ਤੁਸੀਂ ਮੈਨੂੰ ਮਿਲਣ ਆ ਸਕਦੇ, ਮੇਰਾ ਇੱਥੇ ਹੀ ਬਹੁਤ ਕੁਝ ਗੁਆਚਿਆ, ਮੈਂ ਇੱਥੋਂ ਹੀ ਲੱਭਣਾ। ਜਿਹੜੀ ਜਵਾਨੀ ਬਾਹਰ ਜਾ ਰਹੀ ਉਹਨਾਂ ਨੂੰ ਕੁਛ ਕਹਿਣਾ ਚਾਹੋਗੇ? ਸਾਡੇ ਬੱਚੇ ਐਂ ਨਾ ਜਾਣ ਕਿ ਏਜੰਟਾਂ ਦੇ ਟੇਟੇ ਚੜ੍ਹ ਕੇ ਜਾਣ, ਜਾਂ ਲੋਕ ਜ਼ਮੀਨਾਂ ਵੇਚ ਕੇ ਜੇ ਕੋਈ ਛੋਟਾ ਮੋਟਾ ਕੰਟਰੀ ਉੱਥੇ ਵੀ ਸਾਡੇ ਬੱਚੇ ਚਲ ਜਾਣ। ਇਹ ਮੈਂ ਚਾਹੁੰਦੀ ਹਾਂ ਕਿ ਉਹ ਪੜ੍ਹ ਲਿਖ ਕੇ ਉਹਨਾਂ ਨੂੰ ਵੱਡੀਆਂ ਕੰਪਨੀਆਂ ਲਿਜਾਣ, ਉਹ ਮੁੜ ਕੇ ਜਿਹੜਾ ਕੈਲੀਬਰ ਤਾਂ ਸਾਰਾ ਬਾਹਰ ਜਾ ਰਿਹਾ, ਅਤੇ ਮੈਨੂੰ ਤਾਂ ਇਹੋ ਹੀ ਲੱਗਦਾ ਵੀ ਮੇਰੇ ਬੱਚੇ ਵੀ ਭਾਵੇਂ ਮੋੜੇ ਹੋਣ, ਇੱਥੇ ਕੁਛ ਹੋਵੇ ਤਾਂ ਮੋੜ ਲਓ, ਉਹੀ ਸੋਚਦੇ ਵੀ ਇੱਥੇ ਹੈ ਕੀ ਜਿਹੜਾ ਅਸੀਂ ਮੋੜਾ ਜੀ। ਤਿੰਨ ਖੇਤਰ ਮੈਂ ਗੱਲ ਕੀਤੀ ਸੀ ਤੁਹਾਡੇ ਲੋਕ ਸਭਾ ਹਲਕਾ ਵਿੱਚ ਆਉਂਦੇ ਆ, ਤੁਹਾਨੂੰ ਮਾਝੇ ਤੋਂ ਜ਼ਿਆਦਾ ਉਮੀਦ ਹੈ, ਮਾਲਵਾ ਦੁਆਬੇ ਤੋਂ ਘੱਟ ਹੈ ਜਾਂ ਮਾਲਵਾ ਤੋਂ ਵੱਧ? ਵੱਖਰਾ ਕਰਕੇ ਬਿਲਕੁਲ ਨਹੀਂ ਵੇਖਦੀ, ਇਹਨੂੰ ਸਾਰੇ ਲੋਕ ਪਿਆਰ ਦੇ, ਇੱਕ ਤੋਂ ਇੱਕ ਜੇ ਜੀਰੇ ਜਾਈਏ ਤਾਂ 0 ਨੰਬਰ 1 ਚੱਲ ਰਿਹਾ, ਜੇ ਇੱਧਰ ਕਪੂਰਥਲਾ ਜਾਈਏ ਉਹ ਕਹਿੰਦਾ ਜੀ ਗੱਲ ਹੀ ਕੋਈ ਨਹੀਂ ਗੀ, ਅਤੇ ਇਹ ਨਹੀਂ ਕਰਨਾ ਚਾਹੀਦਾ ਨਾ ਮੈਨੂੰ ਨਾ ਤੁਹਾਨੂੰ। ਤੁਸੀਂ ਵੱਖ ਕਰਕੇ ਨਹੀਂ ਦੇਖਣਾ ਚਾਹੁੰਦੇ? ਦੇਖਣਾ ਹੀ ਨਹੀਂ ਚਾਹੁੰਦੇ, ਦੇਖਣਾ ਨਹੀਂ ਚਾਹੁੰਦੇ। ਮੈਨੂੰ ਲੱਗਦਾ ਸਾਰੇ ਲੋਕ ਪਿਆਰ ਕਰਨ ਵਾਲੇ, ਸਾਰੇ ਪੰਜਾਬ ਦੇ ਲੋਕ ਪਿਆਰ ਕਰਨ ਵਾਲੇ ਮੈਨੂੰ, ਅਤੇ ਉਦੋਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਤੁਸੀਂ ਜਿੱਥੋਂ ਮਰਜ਼ੀ ਚੋਣ ਲੜ ਲਓ, ਪਰ ਮੈਂ ਇਹ ਪ੍ਰੈਫਰ ਕਰ, ਤੁਸੀਂ ਆਪਦਾ ਇਲਾਕਾ ਚੁਣਿਆ? ਮੈਂ ਚਾਹ, ਮੇਰਾ ਇਲਾਕਾ ਹੈ ਔਰ ਇੱਥੇ ਹੀ ਮਾਰ ਪਈ ਹੈ ਬਹੁਤ ਜ਼ਿਆਦਾ। ਅਤੇ ਤੁਹਾਡਾ ਆਪਦਾ ਪਿੰਡ ਕੀ ਕਹਿੰਦਾ ਖਾਲੜਾ?
ਖਾਲੜਾ ਤੇ ਖਾਲੜਾ ਖਾਲੜਾ ਹੋਈ ਪਈ ਆ, ਲੋਕ ਸਾਰੇ ਲੋਕ ਸਾਡੇ ਨਾਲ ਹੈ ਤੇ ਬਸ ਪ੍ਰੋਬਲਮ ਇਹ ਆ ਵੀ ਸਾਡਾ ਉੱਥੇ ਕੋਈ ਰਹਿੰਦਾ ਨਹੀਂ, ਸਾਰੇ ਸਾਡੇ ਜਿੰਨਾ ਸਾਡਾ ਪਰਿਵਾਰ ਹੈ ਸਾਰਾ ਬਾਹਰ ਬਾਹਰ ਆਉਂਦਾ। ਪਹਿਲਾਂ ਯੂਰਪ 'ਚ ਰਹਿੰਦੇ ਸੀਗੇ ਸਾਰੇ, ਉਹ ਤਾਂ ਪਹਿਲਾਂ ਦੇ ਗਏ 40-40 ਸਾਲ ਹੋ ਗਏ ਅਤੇ ਹੁਣ ਮੇਰੇ ਬੱਚੇ ਸੀਗੇ, ਮੈਂ ਇਕੱਲੀ ਹੋਈ ਇੱਥੇ ਰਹਿੰਦੀ ਹਾਂ, ਘਰ ਬਾਹਰ ਜ਼ਮੀਨ ਜਾਇਦਾਦ ਸਭ ਕੁਛ ਇੱਥੇ ਅਤੇ ਪਰ ਅਸੀਂ ਸਾਨੂੰ ਲੱਗਦਾ ਵੀ ਖਾਲੜੇ ਨਾਲ, ਖਾਲੜਾ ਤਾਂ ਸਾਰੀ ਦੁਨੀਆ ਦੇ ਵਿੱਚ ਇੱਕ ਵਾਰੀ ਮਸ਼ਹੂਰ ਹੋ ਗਿਆ ਵੀ ਲੋਕ ਉਦੋਂ ਕਹਿੰਦੇ ਸੀਗੇ ਵੀ ਨਾਂ ਰੋਸ਼ਨ ਕਰਤਾ ਜਸਵੰਤ ਸਿੰਘ ਨੇ ਸਾਡੇ ਪਿੰਡ ਦਾ, ਬਾਰਡਰ ਦਾ ਪਿੰਡ ਸੀ, ਪਛੜਿਆ ਪਿੰਡ ਸੀ, ਪਰ ਅੱਜ ਜੇ ਕਿਸੇ ਨੂੰ ਮਰਜ਼ੀ ਪੁੱਛ ਲਓ ਉਹਨੂੰ ਪਤਾ ਹੈ ਵੀ ਖਾਲੜੇ ਦਾ ਕੋਈ ਨੌਜਵਾਨ ਸੀਗਾ ਜਿਹੜਾ ਉਸ ਵੇਲੇ ਜਿਹਨੇ ਮਨੁੱਖੀ ਹੱਕਾਂ ਦੀ ਗੱਲ ਕਰਕੇ ਸ਼ਹਾਦਤ। ਚਲੋ ਮੈਂ ਇੰਟਰਵਿਊ ਸਮਾਪਤ ਕਰਨ ਵਾਲਾ ਵੱਧ ਰਿਹਾ ਹੈਗਾ ਪਰਮਜੀਤ ਖਾਲੜਾ ਜੀ, ਜਸਵੰਤ ਸਿੰਘ ਖਾਲੜਾ ਹਰਿ ਨੂੰ ਤੁਸੀਂ ਕਿਹਾ ਵੀ ਸਾਨੂੰ ਪਤਾ ਵੀ ਅਸੀਂ ਕਿਵੇਂ ਯਾਦ ਕਰਨਾ, ਸਾਡੇ ਰੂਮ ਰੂਮ ਵਿੱਚ ਹੈਗੇ, ਹਮੇਸ਼ਾ ਸਾਡੀਆਂ ਯਾਦਾਂ ਵਿੱਚ ਹੀ ਰਹਿੰਦੇ ਹੈਗੇ। ਜਸਵੰਤ ਸਿੰਘ ਖਾਲੜਾ ਨੇ ਜਿੰਨਾ ਹੀ ਲੜਾਈ ਲੜੀ ਹੈਗੀ ਹੈ ਉਹਨਾਂ ਬਾਰੇ, ਜਸਵੰਤ ਸਿੰਘ ਖਾਲੜਾ ਹਰਾ ਬਾਰੇ ਤੁਸੀਂ ਕੁਛ ਕੈਮਰੇ 'ਤੇ ਕਹਿਣਾ ਚਾਹੋਗੇ? ਦੇਖੋ ਜੀ, ਅਸੀਂ ਤਾਂ ਇਹੋ ਹੀ ਸਾਡਾ ਰੋਲ ਮਾਡਲ ਹੈ ਹੁਣ ਇਸ ਵੇਲੇ ਅਤੇ ਹੈਰੀਡਿਟੀ ਕਰੈਕਟਰ ਜਿਹੜਾ ਇਸ ਖਾਨਦਾਨ 'ਚ ਹੈਗਾ, ਸਾਡੇ ਦਾਦਾ ਜੀ ਪਹਿਲਾਂ ਕਾਮਾਗਾਟਾ ਮਾਰੂ ਜਹਾਜ਼ ਲੈ ਕੇ ਗਏ ਸੀਗੇ, ਫਿਰ ਉਹਨਾਂ ਨੂੰ 9 ਸਾਲ ਦੀ ਨਜ਼ਰਬੰਦੀ ਹੋਈ ਸੀ, ਫਿਰ ਉਹ ਇਨ ਬਿਟਵੀਨ ਉਹ ਚੀਨ ਵਿੱਚ ਚਲੇ ਗਏ, ਚੀਨ ਵਿੱਚ ਉਹ ਫਿਰ ਗਦਰੀ ਬਾਬੇ ਨਾਲ ਉਹਨਾਂ ਨੇ ਬਹੁਤ ਆਜ਼ਾਦੀ ਦੀ ਲੜਾਈ ਲੜੀ। ਪਰ ਸਾਡੀ ਟ੍ਰੈਜਡੀ ਇਹ ਹੋਈ ਹੈ ਹੁਣ ਇਸ ਵੇਲੇ ਕਿ ਨਾ ਤਾਂ ਸਰਦਾਰ ਜਸਵੰਤ ਸਿੰਘ ਦੇ ਦਾਦਾ ਦੀ ਲਾਸ਼ ਘਰ ਪਹੁੰਚੀ, ਬਕਸਾ ਹੀ ਆਇਆ, ਅਤੇ ਨਾ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਡੈਡ ਬੋਡੀ ਘਰ 'ਚ ਆਈ। ਕਿ ਉਹ ਜਿਵੇਂ ਇੱਕ ਹੈਰੀਡਿਟੀ ਕਰੈਕਟਰ ਸੀਗਾ ਜਸਵੰਤ ਸਿੰਘ ਦੇ ਵਿੱਚ ਜੀਨਸ ਹੈ ਇਹੋ ਜਿਹੇ ਕਿ ਉਹਨੂੰ ਪਤਾ ਸੀਗਾ ਵੀ ਕਿੱਥੇ ਖੜਨਾ, ਕਿਹੜੀ ਸਾਡੀ ਕੌਮ ਦੀ ਜਿਹੜੀ ਅੱਜ ਚੱਲ ਰਹੀ ਹੈ ਉਹਨੂੰ ਕਿਵੇਂ ਐਡੇ ਇਹੋ ਜਿਹੇ ਮਾਹੌਲ ਦੇ ਵਿੱਚ ਸਟੇਟ ਨਾਲ ਪੰਗਾ ਲਿਆ ਜਿਹੜਾ ਉਹਨਾਂ ਨੇ, ਕੋਈ ਸੋਚ ਦੇ ਅਧੀਨ ਲਿਆ ਉਹਨਾਂ ਨੇ, ਕੋਈ ਮਾੜੀ ਮੋਟੀ ਸੋਚ ਨਹੀਂ ਸੀਗੀ। ਤੁਸੀਂ ਬੜੇ ਇੰਨੇ ਧੜਕ ਹੋ ਕੇ ਗੱਲ ਕਰਦੇ ਪਏ ਹੋ ਪਰਮਜੀਤ ਖਾਲੜਾ, ਕਿਹੜੀ ਤਾਕਤ ਆ ਤੁਹਾਡੇ ਵਿੱਚ? ਤਾਕਤ ਤਾਂ ਇੱਕ ਵਿਚਾਰ ਹੁੰਦਾ ਹੈ ਬੰਦੇ ਦਾ ਮਨ 'ਚ, ਸਾਡੇ ਮੇਰੇ ਪੇਰੈਂਟਸ ਨੇ ਸਭ ਪੜ੍ਹਾਇਆ ਧੀਆਂ ਨੂੰ, ਉਸ ਵੇਲੇ ਕੌਣ ਪੜ੍ਹਾਉਂਦਾ ਸੀ, ਮਤਲਬ ਉਹਨਾਂ ਦਿਨਾਂ 'ਚ ਤਾਂ ਕੋਈ ਬਿਰਲਾ ਟਾਵੇਂ ਬੱਚਿਆਂ ਨੂੰ ਪੜ੍ਹਾਉਂਦਾ, ਸਾਨੂੰ ਹੋਸਟਲਾਂ 'ਚ ਪੜ੍ਹਾਇਆ, ਸਾਨੂੰ ਅਕਲ ਆ ਗਈ ਉਸ ਵੇਲੇ ਕਿ ਜੇ ਕਿਤੇ ਇਹੋ ਜਿਹਾ ਕੋਈ ਘਟਨਾ ਘਟ ਜੇ ਤਾਂ ਉਹਨੂੰ ਫਿਰ ਕਿਵੇਂ ਟੈਕਲ ਕਰਨਾ, ਅਤੇ ਇੱਕ ਨਾਲੇ ਇਹ ਨਹੀਂ ਹੁੰਦਾ ਇਕੱਲਾ ਬੰਦਾ ਕੁਛ ਕਰਦਾ, ਜਦੋਂ ਜਸਵੰਤ ਸਿੰਘ ਕੰਮ ਕਰ ਰਿਹਾ ਸੀ, ਜਦੋਂ ਜਸਵੰਤ ਸਿੰਘ ਨੂੰ ਚੱਕਿਆ ਗਿਆ, ਜਦੋਂ ਅਸੀਂ ਕੋਰਟ ਦੇ ਵਿੱਚ ਗਏ, ਸਾਡੇ ਨਾਲ ਇੱਕ ਟੀਮ ਵਰਕ ਹੋਇਆ ਔਰ ਬਹੁਤ ਚੰਗੇ ਲੋਕਾਂ ਦੇ ਘੇਰੇ ਵਿੱਚ ਮੈਂ ਰਹੀ ਹਾਂ। ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਮੈਨੂੰ ਕਦੇ, ਮੈਨੂੰ ਉਹਨਾਂ ਨੇ ਜਿਤਾਇਆ ਤਾਂ ਨਹੀਂ, ਪਰ ਮੈਨੂੰ ਪਤਾ ਮੈਂ ਉਸ ਘੇਰੇ 'ਚੋਂ ਨਿਕਲ ਹੀ ਨਹੀਂ ਸਕਦੀ ਕਿਉਂਕਿ ਚੰਗੇ ਲੋਕਾਂ ਦਾ ਘੇਰਾ ਔਰ ਵੈਲਪਾਵਰ ਵੀ ਉੱਥੋਂ ਹੀ ਮਿਲਦੀ ਹੈ, ਜਦੋਂ ਦੁਖਦੇ ਸੁੱਖਦੇ ਬੱਚਿਆਂ ਨੂੰ ਪਾਲਣ ਪੜੋਸਣ 'ਚ ਫੀਸਾਂ 'ਚ ਉਹ ਲੋਕਾਂ ਨੇ ਮੇਰੀ ਮਦਦ ਕੀਤੀ ਹੈ, ਅਤੇ ਮੈਂ ਹੁਣ ਮੈਨੂੰ ਲੱਗਦਾ ਮੈਂ ਹੁਣ ਸਾਰੇ ਲੋਕ ਕੰਪੇਨ ਦੇ ਵਿੱਚ ਥੱਕ ਜਾਂਦੇ, ਸਿਰਫ ਮੈਂ ਹੀ ਨਹੀਂ ਥੱਕਦੀ। ਮੈਂ ਉਹੀ ਪੁੱਛ ਰਹੀ ਤਾਕਤ ਕਿਵੇਂ ਆਉਂਦੀ ਹੈ? ਮੈਂ ਨਹੀਂ ਥੱਕਦੀ, ਮੈਨੂੰ ਨਹੀਂ ਲੱਗਦਾ ਵੀ ਮੈਨੂੰ ਕੋਈ ਥਕਾਵਟ ਹੈ, ਮੈਂ ਉਸੇ ਟਾਈਮ 'ਤੇ ਉੱਠਦੀ ਹਾਂ, ਉਸੇ ਟਾਈਮ 'ਤੇ ਸਾਰਾ ਦਿਨ ਕੰਪੇਨ 'ਚ ਰਹਿੰਦੀ ਹਾਂ। ਮੈਂ ਬੜਾ ਕੁਝ ਨਹੀਂ ਪਰਮਾਤਮਾ ਤੋਂ ਮੰਗਦੀ, ਮੈਂ ਲੋੜ ਮੁਤਾਬਕ ਹੀ ਮੰਗਦੀ ਹਾਂ। ਮੈਨੂੰ ਇਹ ਹੈ ਵੀ ਹੁਣ ਆ ਕੰਪੇਨ ਸੁੱਖੀ ਸਾਂਦੀ ਪੂਰੀ ਹੋ ਜਾਵੇ, ਫਿਰ ਉਸ ਤੋਂ ਬਾਅਦ ਮੰਗੂੰਗੀ ਰੱਬ ਤੋਂ ਕਿ ਜਿੱਤ ਹਾਰ ਦੇ ਫੈਸਲੇ ਹੁੰਦੇ, ਫਿਰ ਮੰਗੂੰਗੀ ਪਰਮਾਤਮਾ ਤੋਂ ਮੈਂ ਅੱਗੇ ਨਹੀਂ। ਜੇ ਮੈਂ ਜਿੱਤਦੀ ਹਾਂ ਮੈਂ ਕੌਮ ਲਈ ਕੀ ਕਰਨਾ, ਜੇ ਮੈਂ ਜੇ ਨਹੀਂ ਮੈਨੂੰ ਸਕਸੈਸ ਹੁੰਦੀ ਤਾਂ ਫਿਰ ਮੈਂ ਅੱਗੋਂ ਮੇਰਾ ਕੀ ਫਿਊਚਰ ਹੈ, ਫਿਰ ਮੈਂ ਕੀ ਕਰਾਂ। ਪਰ ਮੈਂ ਕੰਮ ਕਰਦੀ ਰਹਿਣਾ ਚਾਹੁੰਦੀ ਹਾਂ, ਮੈਂ ਖਾਲੜਾ ਮਿਸ਼ਨ ਨਾਲ ਮੇਰੀ ਕਮਿਟਮੈਂਟ ਹੈ ਇਹ ਕਿ ਮੈਂ ਮਰਦੇ ਦਮ ਤੱਕ ਇਹਨਾਂ ਲੋਕਾਂ ਦੇ ਨਾਲ। ਉਸ ਕਮਿਟਮੈਂਟ ਦੇ ਵਿੱਚ ਇਸ ਜਿੱਤ ਹਾਰਨਾ ਕੋਈ ਫਰਕ ਤਾਂ ਨਹੀਂ ਪਊਗਾ? ਨਹੀਂ, ਕਿਉਂਕਿ ਅੱਗੇ ਨਹੀਂ ਪਿਆ, ਜਸਵੰਤ ਸਿੰਘ ਦੇ ਜਾਣ ਤੋਂ ਬਾਅਦ ਮੈਂ ਇਹ ਸਾਰਾ ਕੰਮ ਰੂਟੀਨ 'ਚ ਕੀਤਾ, ਨਾ ਕਿਸੇ 'ਤੇ ਆਸਾਨ ਕੀਤਾ, ਨਾ ਕਿਸੇ ਨੂੰ ਕੋਈ ਦੁਖੀ ਤੰਗ ਕੀਤਾ, ਆਪਣੇ ਬੱਚੇ ਵੀ ਸਹੀ ਢੰਗ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਕੰਪਨਸੇਟ ਹੋਇਆ, ਪਰ ਬੱਚਿਆਂ ਨੇ ਕਦੇ ਕੁਛ ਸ਼ਿਕਾਇਤ ਤਾਂ ਨਹੀਂ ਕੀਤੀ ਤੁਹਾਡੇ ਕੋਲ? ਨਹੀਂ ਜੀ, ਹੈਰਾਨੀ ਦੀ ਗੱਲ ਤਾਂ ਇਹੋ ਹੀ ਹੈ, ਤਾਕਤ ਹੀ ਮੈਨੂੰ ਉਹ ਦੇ ਰਹੇ ਆ, ਛੋਟੇ ਛੋਟੇ ਸੀਗੇ ਜਦੋਂ ਤੋਂ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਕਿ ਇਹ ਆਪਣੇ ਇਕੱਲਿਆਂ ਨਾਲ ਨਹੀਂ ਹੋਇਆ, ਇਹ ਸਾਰਿਆਂ ਨਾਲ ਹੋਇਆ। 8 ਸਾਲ ਦਾ ਸੀ ਮੇਰਾ ਬੇਟਾ ਜਦੋਂ ਉਹਨੇ ਮੈਨੂੰ ਇੱਕ ਗੱਲ ਕਹੀ ਸੀ, ਮੈਂ ਉਹਨੂੰ ਸਕੂਲ ਜਾਂਦੇ ਨੂੰ ਆਪਣੇ ਬੱਚੇ ਨੂੰ ਕਹਿਣਾ ਪੈਂਦਾ ਸੀ, ਉਸ ਵੇਲੇ ਹਾਲਾਤ ਇਹੋ ਜਿਹੇ ਸੀ ਵੀ ਸੰਭਲ ਕੇ ਜਾਣਾ, ਅਤੇ ਉਹਨੇ ਮੈਨੂੰ ਇਹ ਇਸ਼ਾਰਾ ਕਰਕੇ ਕਿਹਾ ਸੀਗਾ ਕਿ ਨਹੀਂ ਮੰਮਾ, ਸਾਰਾ ਪੰਥ ਆਪਣੇ ਨਾਲ ਹੈ, ਅਤੇ ਅੱਜ ਮੈਂ ਵੇਖਦੀ ਸਾਰਾ ਪੰਥ ਸਾਡੇ ਨਾਲ।
ਉਹਨਾਂ ਦੀ ਸੋਚ ਜਿਹੜੀ ਉਹਨਾਂ ਦੇ ਮੈਚੋਰਿਟੀ ਹੈ ਦੋਵਾਂ ਬੱਚਿਆਂ ਦੀ ਸੋਚ ਦੇ ਵਿੱਚ, ਦੋਨਾਂ ਬੱਚਿਆਂ ਨੇ ਮੈਨੂੰ ਕਦੇ ਕੋਈ ਅਲਾਂਬਾ ਨਹੀਂ ਦਿੱਤਾ, ਕਦੇ ਮੈਥੋਂ ਚੜ੍ਹ ਕੇ ਕੋਈ ਚੀਜ਼ ਨਹੀਂ ਮੰਗੀ। ਇੰਨੇ ਇੰਨੇ ਸਮਾਰਟਫੋਨ ਆ ਗਏ, ਇੰਨਾ ਇੰਨਾ ਕੁਛ ਹੋ ਗਿਆ, ਸਭ ਕੁਛ, ਮਤਲਬ ਮੈਂ ਲੋੜ ਮੁਤਾਬਿਕ ਉਹਨਾਂ ਨੂੰ ਦੇ ਸਕਦੀ ਸੀ ਜੋ ਮੇਰੇ ਕੋਲ ਸੀ, ਪਰ ਉਹਨਾਂ ਨੇ ਮੈਨੂੰ ਜਿਵੇਂ ਨਿਆਣੇ ਲੋਕਾਂ ਦੇ ਤੰਗ ਕਰਦੇ ਐਵੇਂ। ਬੜੇ ਦ੍ਰਿੜ ਹੋ ਤੁਸੀਂ ਪਰਮਜੀਤ ਖਾਲੜਾ, ਮੈਂ ਬੜੇ ਦਿਨਾਂ ਤੋਂ ਤੁਹਾਡੀ ਕੰਪੇਨ ਵੀ ਦੇਖ ਰਿਹਾ, ਉਸ ਤੋਂ ਪਹਿਲਾਂ ਵੀ ਮੈਂ ਤੁਹਾਡੀਆਂ ਗਤੀਵਿਧੀਆਂ ਦੇਖਦਾ ਆਇਆ ਹੈਗਾ, ਕਦੇ ਅੱਖਾਂ 'ਚ ਹੰਝੂ ਆਏ? ਨਹੀਂ, ਇਹ ਜ਼ਰੂਰੀ ਹੁੰਦਾ ਲੋਕਾਂ ਨੂੰ ਵਿਖਾਉਣੇ ਆ ਹੰਝੂ, ਠੀਕ ਆ, ਜਦੋਂ ਅਸੀਂ ਰੋਣਾ ਬਾਥਰੂਮ 'ਚ ਵੀ ਰੋ ਸਕਦੇ, ਜ਼ਰੂਰੀ ਨਹੀਂ ਆ ਅਸੀਂ ਰੋ ਕੇ ਲੜਾਈ ਨਹੀਂ ਲੜੀ ਜਾ ਸਕਦੀ, ਨਹੀਂ ਲੜੀ ਜਾ ਸਕਦੀ। ਮੈਨੂੰ ਐਂ ਲੱਗਦਾ ਵੀ ਜਸਵੰਤ ਸਿੰਘ ਖਾਲੜਾ ਆਪ ਕਹਿੰਦੇ ਸੀਗੇ ਵੀ ਜਿਵੇਂ ਕੋੜੇ ਹੱਥ ਆਪਦੇ ਜੱਖਾਂ 'ਚ ਏੜ ਕੇ ਮੰਗਦੇ ਆ, ਕਦੇ ਨਹੀਂ ਐਵੇਂ ਕਰਨਾ ਚਾਹੀਦਾ। ਸਾਡੇ ਵਿੱਚ ਤਾਕਤ ਹੋਣੀ ਚਾਹੀਦੀ ਹੰਝੂਆਂ ਨੂੰ ਰੋਕਣ ਦੀ, ਅਤੇ ਆਪਾਂ ਮਾਨਸਿਕ ਤੌਰ 'ਤੇ ਜੇ ਆਪਾਂ ਨੂੰ ਕੋਈ ਪਰੇਸ਼ਾਨੀ ਹੈ ਤਾਂ ਆਪਾਂ ਬਾਥਰੂਮ 'ਚ ਜਾ ਕੇ ਰੋ ਸਕਦੇ, ਮੂੰਹ ਧੋ ਕੇ ਤੌਲੀਏ ਨਾ ਅਤੇ ਆ ਕੇ ਬਾਹਰ ਉਸੇ ਤਰ੍ਹਾਂ ਪੇਸ਼ ਹੋ ਸਕਦੀ। ਮੇਰੀ ਮੇਰੀ ਇਹ ਸੋਚ ਹੈ, ਯਾਨੀ ਕਿ ਕਰਦੀ ਹੈ, ਕਮਜ਼ੋਰ ਨਹੀਂ ਦਿਖਣਾ ਚਾਹੁੰਦੇ ਤੁਸੀਂ? ਨਹੀਂ, ਮੈਂ ਦਿਖਣਾ ਚਾਹੁੰਦਾ। ਚਲੋ, ਬਹੁਤ ਧੰਨਵਾਦ ਪਰਮਜੀਤ ਖਾਲੜਾ, ਤੁਸੀਂ ਇਹਨਾਂ ਵਕਤ ਕੱਢਿਆ, ਤੁਸੀਂ ਬਹੁਤ ਮਹੱਤਵਪੂਰਨ ਜਾਣਕਾਰੀਆਂ ਵੀ ਦਿੱਤੀਆਂ, ਤੁਸੀਂ ਆਪਦਾ ਦੱਸਿਆ ਵੀ ਕਿ ਤੁਸੀਂ ਕਿਸ ਤਰੀਕੇ ਨਾਲ ਕੰਪੇਨ ਕਰਨੀ ਹੈ, ਕੀ ਤੁਹਾਡਾ ਏਜੰਡਾ ਹੈਗਾ, ਕਿਸ ਤਰੀਕੇ ਨਾਲ ਤੁਸੀਂ ਅੱਗੇ ਵਧਣਾ। ਪਰਮਜੀਤ ਖਾਲੜਾ, ਤੁਹਾਡਾ ਬਹੁਤ ਧੰਨਵਾਦ। ਇਹ ਪਰਮਜੀਤ ਖਾਲੜਾ ਸਨ ਜਿਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ, ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨਾਲ ਹਰ ਮੁੱਦੇ 'ਤੇ ਗੱਲਬਾਤ ਕੀਤੀ ਜਾਵੇ, ਕੀ ਇਲਾਕੇ ਦੀਆਂ ਸਮੱਸਿਆਵਾਂ ਹੈਗੀਆਂ, ਕੀ ਉਹ ਉਹਨਾਂ ਦਾ ਪਲਾਨ ਹੈਗਾ। ਬਹੁਤ ਸਾਰੇ ਸਵਾਲ ਸੀਗੇ ਜਿਹੜੇ ਪਰਮਜੀਤ ਖਾਲੜਾ ਹਰਾਂ ਤੋਂ ਲੈਣੇ ਪਾਉਂਦੇ ਸੀਗੇ, ਉਹਨਾਂ ਸਵਾਲਾਂ ਦੇ ਜਵਾਬ ਅਸੀਂ ਲੈਣ ਦੀ ਕੋਸ਼ਿਸ਼ ਕੀਤੀ ਹੈ। ਉਹ ਕਹਿੰਦੇ ਮੇਰਾ ਇਰਾਦਾ ਦ੍ਰਿੜ ਹੈਗਾ, ਜਸਵੰਤ ਸਿੰਘ ਖਾਲੜਾ ਹਰਾਂ ਨੇ ਉਹਨਾਂ ਨੂੰ ਇਹੀ ਸਿਖਾਇਆ, ਜਸਵੰਤ ਸਿੰਘ ਖਾਲੜਾ ਦਾ ਸਾਥ ਹੈ ਜਿਹੜਾ ਉਹ ਉਹਨਾਂ ਦੇ ਜ਼ਿਹਨ ਵਿੱਚ ਹੈ ਹਮੇਸ਼ਾ, ਉਹ ਕਦੇ ਹੰਝੂ ਆ ਜਿਹੜੇ ਦੁਨੀਆ ਨੂੰ ਦਿਖਾਉਣ ਵਾਸਤੇ ਉਹਨਾਂ ਦੇ ਨਹੀਂ ਹੈਗੇ, ਕਿ ਉਹ ਦ੍ਰਿੜ ਇਰਾਦੇ ਨਾਲ ਅੱਗੇ ਵਧਣ, ਕੇ ਧੀਆਂ ਲਈ ਉਹਨਾਂ ਨੇ ਸੁਨੇਹਾ ਦਿੱਤਾ, ਨੌਜਵਾਨਾਂ ਲਈ ਸੁਨੇਹਾ ਦਿੱਤਾ ਹੈਗਾ। ਬਹੁਤ ਸਾਰੇ ਇਹੋ ਜਿਹੀਆਂ ਲੜਾਈਆਂ ਹੁੰਦੀਆਂ ਜਿਨ੍ਹਾਂ ਦਾ ਕੋਈ ਅੰਜਾਮ ਨਹੀਂ ਹੁੰਦਾ ਗਾ, ਪਰ ਉਹ ਲੜਾਈ ਲੜਨੀ ਪੈਂਦੀ ਆ, ਚਾਹੇ ਤੁਹਾਡੇ ਲੜਾਈ ਮੜੀ ਜਾਵੇ, ਚਾਹੇ ਉਹ ਲੜਾਈ ਤੁਹਾਡੇ 'ਤੇ ਥੋਪੀ ਜਾਵੇ, ਜੇ ਤੁਸੀਂ ਲੜਦੇ ਨੀਗੇ ਇਹਦਾ ਮਤਲਬ ਹੈ ਤੁਸੀਂ ਹਾਰ ਚੁੱਕੇ ਹੋ। ਇਹ ਲੜਾਈ ਹੈ, ਉਹ ਕਹਿੰਦੇ ਮੈਂ ਛੱਡੂੰਗੇ ਨਹੀਂ, ਜਿੱਤ ਹੋਵੇ ਚਾਹੇ ਹਾਰ ਹੋਵੇ, ਅਤੇ ਕਿਸੇ ਹੋਰ ਸਫ਼ਰ 'ਤੇ ਅਸੀਂ ਨਿਕਲਾਂਗੇ। ਅੱਜ ਦਾ ਸਫ਼ਰ ਜਿਹੜਾ ਪਰਮਜੀਤ ਖਾਲੜਾ ਹਰਾਂ ਨਾਲ, ਸ਼ਾਇਦ ਇਹ ਸਿਆਸੀ ਗੱਲਬਾਤ ਨਹੀਂ ਸੀਗੀ, ਇਹ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦੀ ਗੱਲਬਾਤ ਸੀਗੀ। ਤੁਹਾਨੂੰ ਇਹ ਗੱਲਬਾਤ ਕਿਸ ਤਰੀਕੇ ਨਾਲ ਲੱਗੀ, ਪਰਮਜੀਤ ਖਾਲੜਾ ਹਰਾਂ ਨੂੰ ਜ਼ਰੂਰ ਦੱਸਿਓ, ਕਿਉਂਕਿ ਪਰਮਜੀਤ ਖਾਲੜਾ ਹਰਾਂ ਨੂੰ ਤੁਹਾਡੀ ਜ਼ਰੂਰਤ ਹੈ ਕੀ ਹੈ, ਉਹ ਤੁਹਾਡੇ ਲਈ ਗੱਲਬਾਤ ਕਰਦੇ ਪਏ ਹੈਗੇ ਆ, ਉਹਨਾਂ ਨੂੰ ਤੁਹਾਡੀ ਜ਼ਰੂਰਤ ਹੈ ਕੀ ਹੈ, ਤੁਸੀਂ ਉਹਨਾਂ ਨੂੰ ਦੱਸ ਦਿਓ ਕਿ ਉਹਨਾਂ ਦੇ ਜਵਾਬ ਤੁਹਾਨੂੰ ਚੰਗੇ ਲੱਗੇ ਜਾਂ ਨਹੀਂ ਲੱਗੇ, ਜਾਂ ਪਰਮਜੀਤ ਖਾਲੜਾ ਹਰਾਂ ਤੋਂ ਤੁਸੀਂ ਕੁਛ ਹੋਰ ਉਮੀਦ ਕਰਦੇ ਹੋ। ਇਹ ਆਵਾਜ਼ ਪੰਜਾਬ ਦੀ ਬਣ ਸਕਦੀ ਕਿ ਨਹੀਂ ਬਣ ਸਕਦੀ ਮੈਨੂੰ ਨਹੀਂ ਪਤਾ ਕਾ, ਪਰ ਇਹ ਉਹ ਮਨੁੱਖੀ ਅਧਿਕਾਰਾਂ ਦੇ ਕਾਨੂੰਨ ਦੀ ਆਵਾਜ਼ ਜ਼ਰੂਰ ਬਣ ਸਕਦੀ ਹੈ। ਜਿੱਤ ਹੋਵੇਗੀ ਜਾਂ ਹਾਰ ਹੋਵੇਗੀ ਮੈਨੂੰ ਇਹ ਵੀ ਨਹੀਂ ਪਤਾ ਕਾ, ਪਰ ਖਡੂਰ ਸਾਹਿਬ ਹਲਕੇ ਦੇ ਵਿੱਚ ਇਹ ਚਰਚਾ ਜ਼ਰੂਰ ਹੈਗੀ ਹੈ। ਪਰਮਜੀਤ ਖਾਲੜਾ ਹਰਾਂ ਨੇ ਮੈਦਾਨ ਵਿੱਚ ਉਤਰ ਕੇ ਕੋਈ ਗਲਤੀ ਨਹੀਂ ਕੀਤੀ। ਅੱਜ ਲਈ ਧੰਨਵਾਦ।